ਬਹਿ ਕੇ ਸੋਚਿਓ ਕੀ ਆਪਣੀ ਹਿੱਕ 'ਤੇ ਇਹ ਪੰਜਾਬ ਸਹਾਰ ਗਿਆ। ਕਦੇ ਇਕੱਲੇ ਬਹਿ ਕੇ ਸੋਚਿਓ ਕੀ ਆਪਣੀ ਹਿੱਕ 'ਤੇ ਇਹ ਪੰਜਾਬ ਸਹਾਰ ਗਿਆ, ਜੋ ਤਲਵਾਰਾਂ ਨਾਲ ਜਿੱਤਿਆ ਸੀ ਉਹ ਰਾਜਨੀਤੀ ਤੋਂ ਹਾਰ ਗਿਆ। ਪੰਜ ਦਰਿਆ ਦੀ ਮਾਲਕ ਧਰਤੀ ਅੱਜ ਤਰਸ ਰਹੀ ਹੈ ਪਾਣੀ ਨੂੰ। ਸਰਕਾਰਾਂ ਨੇ ਬੰਜਰ ਬਣਾ ਕੇ ਰੱਖਤਾ ਹਰੀਆਂ ਫਸਲਾਂ ਦੀ ਰਾਣੀ ਨੂੰ। ਇਸ ਪੰਜਾਬ ਦੇ ਗੱਭਰੂ ਅੱਜ ਕੱਲ੍ਹ ਨਸ਼ਿਆਂ ਦੇ ਵਿੱਚ ਰੁਲ ਗਏ ਨੇ। ਕੀ ਹੈ ਹਸਤੀ, ਕੀ ਸੀ ਵਿਰਸਾ, ਇਹ ਸਾਰਾ ਕੁਝ ਭੁੱਲ ਗਏ ਨੇ। ਐਵੇਂ ਰੌਲਾ ਪਾ ਨਾ, ਕੁਝ ਨਹੀਂ ਹੋਣਾ ਇੱਥੇ, ਕੋਈ ਕਿਸੇ ਤੋਂ ਡਰਦਾ ਨਾ। ਜੇ ਹਰ ਗੱਭਰੂ ਨਲੂਆ ਬਣ ਜਾਂਦਾ ਤਾਂ ਅੱਜ ਪੰਜਾਬ ਹਰਦਾ ਨਾ, ਹਰ ਗੱਭਰੂ ਨਲੂਆ ਬਣ ਜਾਂਦਾ ਤਾਂ ਪੰਜਾਬ ਕਦੇ ਵੀ ਹਰਦਾ ਨਾ। ਪੰਜਾਬ ਬਾਰੇ ਵਿਅੰਗ ਕਰਦੀਆਂ ਬਹੁਤ ਵਧੀਆ ਇਹਨਾਂ ਲਾਈਨਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਹਾਜ਼ਰ ਹਾਂ ਜੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਕੈਲੀਫੋਰਨੀਆ ਸਟੂਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਕੁਰਸੀ 'ਤੇ ਜਾਣ ਤੋਂ ਪਹਿਲਾਂ ਦੋ ਤਿੰਨ ਗੱਲਾਂ ਜ਼ਰੂਰ ਕਰਨੀਆਂ ਚਾਹੂੰਗਾ ਮੈਂ। ਇੱਕ ਤਾਂ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈ, ਇੱਕ ਚੰਗੀ ਗੱਲ ਹੈ ਭਾਰਤ ਵੱਲੋਂ, ਮੇਰੇ ਖਿਆਲ ਆਈ ਬਹੁਤ ਲੇਟ ਖਬਰ ਹੈ, ਪਰ ਚੰਗੀ ਖਬਰ ਇਹ ਹੈ ਕਿ ਨਿਰਭੈ ਦੇ ਜਿਹੜੇ ਸੀਗੇ ਦੋਸ਼ੀ, ਉਹਨਾਂ ਨੂੰ ਫਾਂਸੀ ਦੀ ਸਜ਼ਾ ਅਖੀਰ ਹੋ ਗਈ ਹੈ। ਤਿੰਨ ਚਾਰ ਵਾਰ ਟਰਨ ਤੋਂ ਬਾਅਦ ਮੈਂ ਪਿੱਛੇ 'ਚ ਦੇਖ ਰਿਹਾ ਸੀਗਾ, ਉਹਨਾਂ ਦੀ ਮਾਂ ਜਿਹੜੀ ਸੀ ਨਿਰਭੈ ਦੀ, ਉਹ ਹੈ ਵਿਕਟਰੀ ਦਾ ਨਿਸ਼ਾਨ ਬਣਾ ਰਹੀ ਸੀ। ਮੈਂ ਉਦੋਂ ਵੀ ਕਿਹਾ ਸੀ ਪ੍ਰੋਗਰਾਮ ਦੇ ਵਿੱਚ ਵੀ, ਇਹਦਾ ਕੋਈ ਪਤਾ ਨਹੀਂ ਇਹ ਭਾਰਤ ਹੈਗਾ ਵੀ ਉੱਥੇ ਕਦੋਂ ਕੀ ਹੋ ਜਾਣਾ। 7 ਸਾਲ ਬਾਅਦ ਚਲੋ ਸਜ਼ਾ ਮਿਲੀ, ਦੇਰ ਆਏ ਦਰੁਸਤ ਹੈ ਕਹਿ ਸਕਦੇ ਹਾਂ, ਪਰ ਇਹਨਾਂ ਚੌਹਾਂ ਨੂੰ ਫਾਂਸੀ ਸਜ਼ਾ ਮਿਲ ਗਈ। ਇਹਨਾਂ ਨੇ ਕੋਸ਼ਿਸ਼ ਬੜੀ ਕੀਤੀ, ਅਖੀਰ ਦੇ ਵਿੱਚ ਉਹਦੀ ਵਾਈਫ ਨੇ ਇੱਕ ਬੰਦੇ ਦਾ ਸ਼ਾਇਦ ਵਿਆਹ ਹੋਇਆ ਸੀਗਾ, ਉਹਦੀ ਵਾਈਫ ਨੇ ਕੇਸ ਪਾਤਾ ਜੀ ਤਲਾਕ ਦਾ, ਵੀ ਜਦ ਤੱਕ ਮੈਨੂੰ ਤਲਾਕ ਨਹੀਂ ਹੁੰਦਾ ਅਤੇ ਉਦੋਂ ਤੱਕ ਫਾਂਸੀ ਨਾ ਦਿਓ, ਮੈਂ ਵਿਧਵਾ ਜਿਹੜੀ ਹੋ ਕੇ ਨਹੀਂ ਜਿਉਣਾ ਚਾਹੁੰਦੀ, ਤਲਾਕਸ਼ੁਦਾ ਹੋ ਕੇ ਜਿਉਣੀ। ਕਿੱਡੇ ਪੈਂਤੜੇ ਅਪਣਾਏ, ਪਰ ਫਿਰ ਵੀ ਅਖੀਰ ਫਾਂਸੀ ਹੋ ਗਈ। ਚੰਗੀ ਗੱਲ ਹੈ, ਪਰ ਇਦੋਂ ਵੀ ਚੰਗੀ ਗੱਲ ਤਾਂ ਹੋਵੇ ਜਿਹੜੇ ਵੱਡੇ ਲੀਡਰਾਂ ਨੇ ਕੀਤੇ ਨੇ। ਧਰਮਸ਼ਾਲਾ ਵਾਲਾ ਕੇਸ, ਜਿਹੜਾ ਹਿਮਾਚਲ ਵਾਲਾ ਕੇਸ ਹੋਇਆ ਸੀ, ਜਿਹਦੇ ਵਿੱਚ ਵੱਡੇ ਲੀਡਰ ਇਨਵੋਲਵ ਸੀਗੇ, ਜਦੋਂ ਉਹਨਾਂ ਨੂੰ ਕਿਸੇ ਨੂੰ ਫਾਂਸੀ ਹੋਊਗੀ ਤਾਂ ਮੈਂ ਸਮਝਦਾ ਥੋੜ੍ਹੀ ਜਿਹੀ ਠੱਲ ਪਊਗੀ। ਠੱਲ ਪੈਣ ਦੀ ਗੱਲ ਕਰੀਏ ਤਾਂ ਚੀਨ ਦੇ ਵਿੱਚ ਤਾਂ ਕੋਰੋਨਾ ਵਾਇਰਸ ਨੂੰ ਕਾਫੀ ਠੱਲ ਪੈ ਗਈ ਆ, ਬਾਕੀ ਵੀ ਹੁਣ ਪੂਰਾ ਮੁਲਕ ਲੱਗਿਆ ਹੋਇਆ ਠੱਲ ਪਾਉਣ ਵਾਸਤੇ। ਉਮੀਦ ਹੈ ਵੀ ਆਉਣ ਵਾਲੇ ਦਿਨਾਂ 'ਚ ਇਹ ਵੀ ਇੱਕ ਥੋੜ੍ਹੀ ਜਿਹੀ ਚੰਗੀ ਹਵਾ ਜਿਹੜੀ ਆ ਉਹ ਜ਼ਰੂਰ ਆਏਗੀ ਪੂਰੀ ਦੁਨੀਆ ਦੇ ਵਿੱਚੋਂ, ਪਰ ਇਹਦਾ ਫਿਲਹਾਲ ਅਸਰ ਜਿਹੜਾ ਹੈਗਾ ਕਾਫੀ ਹੱਦ ਤੱਕ ਹੋ ਰਿਹਾ। ਔਰ ਪੰਜਾਬ ਦੀ ਵੀ ਆਪਾਂ ਗੱਲ ਕਰੀਏ ਤਾਂ ਉਹ 10ਵੀਂ 11ਵੀਂ ਦੀਆਂ ਜਿਹੜੀਆਂ 12ਵੀਂ ਦੀਆਂ ਪ੍ਰੀਖਿਆਵਾਂ ਸੀਗੀਆਂ, ਇਗਜ਼ਾਮ ਸੀਗੇ ਬੱਚਿਆਂ ਦੇ, ਉਹ ਵੀ ਰੱਦ ਕਰ ਦਿੱਤੇ ਗਏ ਆ ਫਿਲਹਾਲ ਕਹਿੰਦੇ। ਅਤੇ ਦੂਜਾ ਚਲੋ ਬਾਕੀ ਸਾਰਾ ਕੁਛ ਤਾਂ ਬੰਦ ਹੈ ਹੀ ਹੈ, ਪਰ ਇੱਥੇ ਇਹ ਹੈ ਵੀ ਮੈਂ ਸਮਝਦਾ ਬੱਚਿਆਂ ਨੂੰ ਖੁਸ਼ੀ ਬੇਸ਼ੱਕ ਹੋ ਰਹੀ ਹੋਏਗੀ ਕਿ ਹੁਣ ਪੇਪਰ ਨਹੀਂ ਦੇਣੇ ਪੈਣੇ, ਚੱਲ ਵਧੀਆ ਮੌਜਾਂ ਹੀ ਮੌਜਾਂ। ਪਰ ਮਾਂ ਬਾਪ ਨੂੰ ਪੁੱਛ ਕੇ ਦੇਖੋ, ਜਿਨ੍ਹਾਂ ਨੇ ਪੂਰਾ ਬੱਚਿਆਂ ਦੇ ਧਿਆਨ ਕੇਂਦਰਿਤ ਸੀਗਾ ਕਿ ਬੱਚੇ ਪੜ੍ਹਨਗੇ ਲਿਖਣਗੇ 12ਵੀਂ ਕਰਨਗੇ, ਉਸ ਤੋਂ ਬਾਅਦ ਅੱਗੇ ਐਡਮਿਸ਼ਨ ਕਰਾਵਾਂਗੇ ਆਪਾਂ। ਲਓ ਜੀ, ਆਪਾਂ ਹੁਣ ਇਸ ਤੋਂ ਬਾਅਦ ਆਪਾਂ ਜਾਈਦਾ ਵਿਸ਼ੇ ਦੇ ਵੱਲ। ਵਿਸ਼ੇ ਦੀ ਗੱਲ ਕਰੀਏ ਤਾਂ ਆਪਾਂ ਅਕਸਰ ਵਹਿਮਾਂ ਭਰਮਾਂ ਦੀ ਗੱਲ ਕਰੀਦੀ ਹੈ, ਅਤੇ ਇਹਦੇ ਬਾਰੇ ਵੀ ਬਹੁਤ ਸਾਰੇ ਵਹਿਮ ਭਰਮ ਕਰੋਨਾ ਦੇ ਵੀ ਪੂਰੀ ਦੁਨੀਆ ਦੇ ਵਿੱਚ ਚੱਲ ਰਹੇ ਨੇ। ਬਹੁਤ ਸਾਰੇ ਲੋਕ ਅਲੱਗ ਅਲੱਗ ਜਗ੍ਹਾ ਅਲੱਗ ਅਲੱਗ ਤਰੀਕਿਆਂ ਨਾਲ ਇਹਦਾ ਇਲਾਜ ਦੱਸ ਰਹੇ ਨੇ, ਪਰ ਅਸੀਂ ਜਿਹੜੇ ਸਾਡੇ ਵਹਿਮ ਭਰਮ ਸਾਡੇ ਨਾਲ ਚੱਲੇ ਆਉਂਦੇ ਆ, ਅਤੇ ਅੱਜ ਮੈਂ ਇੱਕ ਐਸਾ ਵਹਿਮ ਕਹਿ ਲਓ, ਭਰਮ ਕਹਿ ਲਓ, ਲੋਕ ਵਿਸ਼ਵਾਸ ਕਹਿ ਲਓ, ਉਹ ਸਾਂਝਾ ਕਰਨਾ ਜਿਹੜਾ ਕਿ ਸਾਡੇ ਭਾਰਤ ਦੇ ਨਾਲ ਜ਼ਿਆਦਾ ਸੰਬੰਧਿਤ ਨਹੀਂ ਹੈਗਾ, ਪਰ ਪੂਰੀ ਦੁਨੀਆ ਦੇ ਵਿੱਚ ਸੰਬੰਧਿਤ ਹੈਗਾ। ਲੋਕ ਵਿਸ਼ਵਾਸਾਂ ਦੀ ਅਕਸਰ ਗੱਲ ਕਰੀਦੀ ਹੈ ਆਪਾਂ, ਪੰਜਾਬ ਦੇ ਵਿੱਚ ਬੜੇ ਨੇ ਧੜਾ ਆਪਾਂ ਬਹੁਤ ਜ਼ਿਕਰ ਕਰੀਦਾ, ਤੁਸੀਂ ਵੀ ਬਹੁਤ ਸਾਂਝੇ ਕਰਦੇ ਹੋ ਕਿ ਅੱਜ ਕੱਲ੍ਹ ਬੇਸ਼ੱਕ ਨਹੀਂ ਹੈਗੇ। ਪਰ ਅਗਰ ਅੱਜ ਗੱਲ ਕਰੀਏ ਤਾਂ ਇੱਕ ਪੰਛੀ ਹੈ, ਉਹਦੇ ਬਾਰੇ ਬੜੇ ਲੋਕ ਵਿਸ਼ਵਾਸ ਹੈਗੇ ਨੇ। ਵੈਸੇ ਤਾਂ ਬਹੁਤ ਸਾਰੇ ਪੰਛੀਆਂ ਬਾਰੇ ਹੈਗੇ ਨੇ ਲੋਕ ਵਿਸ਼ਵਾਸ, ਜਿਵੇਂ ਕਹਿੰਦੇ ਆ ਵੀ ਕਾਂ ਬੋਲਦਾ ਹੋਵੇ ਤਾਂ ਪ੍ਰਾਹੁਣੇ ਆਉਂਦੇ ਨੇ, ਠੀਕ ਹੈ ਜੀ। ਉਹ ਕਾਂ ਪਤਾ ਨਹੀਂ ਪਹਿਲਾਂ ਪੁੱਛ ਕੇ ਆਉਂਦਾ ਉੱਥੋਂ ਵੀ, ਭਾਈ ਤੁਸੀਂ ਆਉਣਾ ਕਿ ਨਹੀਂ ਆਉਣਾ, ਕਿੰਨੇ ਕੁ ਵਜੇ ਤੁਰਨਾ, ਤਾਂ ਮੈਂ ਜਾ ਕੇ ਦੱਸਾਂ ਅਗਲੇ ਦੇ ਘਰ। ਚਲੋ ਹੁੰਦਾ ਵੀ ਸੀ ਅਕਸਰ, ਇਹ ਧਾਰਨਾ ਜਿਹੜੀ ਹੁੰਦੀ ਵੀ ਸੀ, ਪ੍ਰਾਹੁਣੇ ਆ ਵੀ ਜਾਂਦੇ ਹੁੰਦੇ ਸੀਗੇ। ਪੰਛੀਆਂ ਨਾਲ ਸੰਬੰਧਿਤ ਗੱਲ ਕਰਦਾ ਮੈਂ, ਬਿੱਲੀ ਚਲੋ ਜਾਨਵਰ ਆ, ਉਹਦੇ ਬਾਰੇ ਵੀ ਰਾਹ ਰੂਹ ਕੱਟਣ ਬਾਰੇ ਵੀ ਆਪਾਂ ਗੱਲਾਂ ਬਥੇਰੀਆਂ ਕੀਤੀਆਂ। ਘੁੱਗੀ ਨੂੰ ਕਹਿੰਦੇ ਵੀ ਅਮਨ ਦਾ ਚਿੰਨ ਹੈਗਾ, ਸ਼ਾਂਤੀ ਦੀ ਪੁੰਜ ਹੈਗੀ ਘੁੱਗੀ, ਅਤੇ ਇਹ ਹੁਣ ਪਤਾ ਨਹੀਂ ਕਿੱਦਾਂ ਇਹ ਆਈਡੀਆ ਲਾਉਂਦੇ ਨੇ। ਕਬੂਤਰ ਨੂੰ ਕਹਿੰਦੇ ਵੀ ਇਹ ਉਜਾੜ ਭਾਲਦਾ, ਇਹ ਜਿੱਥੇ ਕਬੂਤਰ ਹੋਵੇ ਉੱਥੇ ਉਜਾੜ ਹੁੰਦੀ ਹੈ। ਪਰ ਬਹੁਤ ਸਾਰੇ ਹੁਣ ਅਸੀਂ ਵੀ, ਸਾਡੇ ਘਰ ਦੇ ਸਾਹਮਣੇ ਵੀ ਦੋ ਤਿੰਨ ਘਰ ਹੈਗੇ ਨੇ, ਉਹ ਕਬੂਤਰਾਂ ਨੂੰ ਬਕਾਇਦਾ ਦਾਣਾ ਪਾਉਂਦੇ ਨੇ, ਅਸੀਂ ਵੀ ਪਾਈਦੇ ਕਦੇ ਕਦੇ, ਪਰ ਮੈਂ ਪਾਉਣਾ ਆਪਦੇ ਵੱਲੋਂ ਚਿੜੀਆਂ ਨੂੰ ਹੈ, ਉਹ ਖਾ ਜਾਂਦੇ ਨੇ ਕਬੂਤਰ, ਸਾਰਾ ਚਿੜੀਆਂ ਨੂੰ ਖਾਣ ਨਹੀਂ ਦਿੰਦੇ। ਫਿਰ ਇੱਦਾਂ ਜੇ ਹੈਗੇ, ਕਬੂਤਰਾਂ ਬਾਰੇ ਵੀ ਕਾਫੀ ਧਾਰਨਾਵਾਂ ਬਣੀਆਂ ਹੈਗੀਆਂ, ਹੋਰ ਬੜਾ ਕੁਛ ਹੈਗਾ। ਪਰ ਮੈਂ ਅੱਜ ਜਿਸ
ਪੰਛੀ ਦੀ ਗੱਲ ਕਰਨੀ ਆ, ਅਗਰ ਅਸੀਂ ਭਾਰਤ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਤਾਂ ਉਹਨੂੰ ਬਾਹਲਾ ਚੰਗਾ ਨਹੀਂ ਸਮਝਿਆ ਜਾਂਦਾ, ਉਹਨੂੰ ਕਹਿੰਦੇ ਵੀ ਨਹਿਸ਼ ਜਿਹਾ ਪੰਛੀ ਹੈਗਾ ਹੈ, ਬੜਾ ਅਜੀਬ ਜਿਹਾ। ਅਤੇ ਉਸ ਪੰਛੀ ਨੂੰ ਅਸੀਂ ਕਈ ਜਗ੍ਹਾ ਹੋਰ ਵੀ ਵਰਤ ਲੈਂਦੇ, ਜਿਵੇਂ ਗਧੇ ਨੂੰ, ਗਧੇ ਨੂੰ ਵੀ ਪਤਾ ਵੀ ਮੈਨੂੰ ਇੰਨਾ ਇੰਨੀ ਜਗ੍ਹਾ ਵਰਤਦੇ ਨੇ ਇਹ, ਜਿਹੜੇ ਬੰਦਾ ਕੋਈ ਬਹੁਤ ਜ਼ਿਆਦਾ ਕੰਮ ਕਰਦਾ ਵੀ ਉਹਨੂੰ ਕਹਿੰਦੇ ਵੀ ਗਧੇ ਨੂੰ ਕੰਮ ਕਰਦਾ, ਜਿਹੜਾ ਬੰਦਾ ਨਲਾਇਕ ਹੋਵੇ ਅਕਲ ਨਾ ਹੋਵੇ ਉਹਨੂੰ ਵੀ ਕਹਿੰਦੇ ਵੀ ਤੂੰ ਗਧੇ ਦਾ ਗਧਾ ਹੀ ਰਿਹਾ, ਔਰ ਗਧੇ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਮੈਨੂੰ ਕਿੱਥੇ ਕਿੱਥੇ ਵਰਤਦੇ ਨੇ। ਇੱਦਾਂ ਹੀ ਇਸ ਪੰਛੀ ਨੂੰ ਵੀ ਆਪਾਂ ਬਹੁਤ ਜਗ੍ਹਾ ਵਰਤੀਦਾ, ਉਸ ਪੰਛੀ ਦਾ ਨਾਂ ਆ ਉੱਲੂ। ਮੈਂ ਨਿਊਯਾਰਕ ਸੀਗੇ ਜਦੋਂ ਉਦੋਂ ਸਾਂਝਾ ਕੀਤਾ ਸੀ, ਅਤੇ ਅੱਜ ਮੈਂ ਵੈਸੇ ਹੀ ਦੇਖ ਰਿਹਾ ਸੀ ਪੁਰਾਣਾ ਜਦੋਂ ਰਿਕਾਰਡ, ਤਾਂ ਮੈਂ ਕਿਹਾ ਯਾਰ ਆਹ ਗੱਲਾਂ ਬਾਤਾਂ ਬੜੀਆਂ ਇੰਟਰਸਟਿੰਗ ਨੇ, ਮੈਨੂੰ ਭੁੱਲੀਆਂ ਹੋਈਆਂ, ਸਾਡੇ ਦਰਸ਼ਕਾਂ ਨੂੰ ਵੀ ਕਿਹੜਾ ਯਾਦ ਹੋਣੀਆਂ, ਅੱਜ ਸਾਡੇ ਦੁਬਾਰਾ ਕਰਦੇ ਹਾਂ ਸਾਂਝੀਆਂ ਬੜੀ ਦੇਰ ਬਾਅਦ। ਉੱਲੂ ਜੀ ਬਾਰੇ ਆਪਾਂ ਅੱਜ ਗੱਲ ਕਰਨੀ ਹੈ। ਉੱਲੂ, ਉੱਲੂ ਸਿੱਧਾ ਕਰਨਾ ਕੋਈ ਆਪਣਾ ਕਹਿੰਦੇ ਮਤਲਬ ਨਿਕਾਲਣਾ, ਇਹ ਨਹੀਂ ਮੈਨੂੰ ਇਹ ਅੱਜ ਤੱਕ ਨਹੀਂ ਸਮਝ ਆਈ ਵੀ ਉੱਲੂ ਸਿੱਧਾ ਕਰਨ ਦਾ ਮਤਲਬ, ਤਾਂ ਮੈਨੂੰ ਪਤਾ ਹੈ ਤੁਹਾਨੂੰ ਵੀ ਪਤਾ ਹੈ ਆਪਣਾ ਉੱਲੂ ਸਿੱਧਾ ਕਰਨਾ ਵੀ ਆਪਣਾ ਮਤਲਬ ਕੱਢਿਆ ਤੇ ਪਾਸੇ, ਪਰ ਉੱਲੂ ਸਿੱਧਾ ਕਿੱਦਾਂ ਕੀਤਾ ਇਹ ਨਹੀਂ ਪਤਾ ਵੀ ਉੱਲੂ ਪੁੱਠਾ ਲਟਕਦਾ ਸੀਗਾ ਵੀ ਉਹਨੂੰ ਮੁੜ ਕੇ ਸਿੱਧਾ ਕਰਤਾ, ਚੰਗੇ ਜਿਹੜਾ ਉਹ ਪੁੱਠਾ ਲਟਕਦਾ ਸੀ ਕਿਸੇ ਨੇ ਸਿੱਧਾ ਕਰਤਾ, ਤੂੰ ਕਹਿੰਦੇ ਵੀ ਉੱਲੂ ਸਿੱਧਾ ਕਰਨਾ, ਇਹ ਵੀ ਬਣੇ ਹੋਏ ਨੇ ਮੁਹਾਵਰੇ। ਉੱਲੂ ਬੋਲਣੇ ਕਹਿੰਦੇ ਵੀ ਜਦੋਂ ਇਸ ਘਰ 'ਚ ਤਾਂ ਉੱਲੂ ਬੋਲਦੇ ਨੇ ਵੀ ਉਜਾੜ ਪਈ ਹੋਈ ਆ, ਜਾਂ ਆਪਾਂ ਇਹ ਕਹਿ ਦਈਦਾ ਵੀ ਉੱਲੂ ਬਣਾ ਰਿਹਾ, ਉੱਲੂ ਬਣਾ ਰਿਹਾ ਤੈਨੂੰ ਇਹ, ਦੂਏ ਬੰਦੇ ਨੂੰ ਕਹਿੰਦੇ ਬੰਦਾ ਝੂਠ ਬੋਲ ਰਿਹਾ ਹੋਵੇ ਜਾਂ ਉਹਨੂੰ ਐਵੇਂ ਬੇਵਕੂਫ ਬਣਾ ਰਿਹਾ ਹੋਵੇ, ਉਹਨੂੰ ਕਹਿੰਦਾ ਨਹੀਂ ਨਹੀਂ ਐਵੇਂ ਉੱਲੂ ਬਣਾਈ ਜਾਂਦਾ ਤੂੰ, ਇੱਦਾਂ ਥੋੜ੍ਹੀ ਹੁੰਦੀ ਹੈਗੀ ਆ। ਸੋ ਉੱਲੂ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਨੇ, ਭਾਰਤ ਬਾਰੇ ਮੈਂ ਦੱਸ ਦਿੱਤੀਆਂ। ਇਹ ਪੰਛੀਆਂ 'ਚੋਂ ਇੱਕ ਐਸਾ ਪੰਛੀ ਆ ਵੀ ਜਿਹਨੂੰ ਕਹਿੰਦੇ ਰਾਤ ਨੂੰ ਜ਼ਿਆਦਾ ਦਿਸਦਾ, ਰਾਤ ਨੂੰ ਇਹਦੀ ਨਜ਼ਰ ਆਉਂਦੀ ਹੈ, ਦਿਨੇ ਕਹਿੰਦੇ ਇਹਨੂੰ ਦਿੰਦਾ ਨਹੀਂ ਹੈਗਾ, ਅਤੇ ਰਾਤ ਨੂੰ ਫਿਰ ਆਪਣਾ ਸ਼ਿਕਾਰ ਵਗੈਰਾ ਕਰਦਾ, ਔਰ ਇਹ ਐਸੀ ਚੀਜ਼ ਫਿੱਟ ਕੀਤੀ ਹੈ। ਔਰ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਵੀ ਜੇ ਮਤਲਬ ਇਹ ਮੈਂ ਨਹੀਂ ਕਹਿੰਦਾ, ਮੈਂ ਜਿੱਥੇ ਪੜ੍ਹਿਆ ਉਹੀ ਮੈਂ ਦੱਸਦਾ, ਐਵੇਂ ਕਿਤੇ ਉੱਲੂ ਲੱਭਣ ਤੁਰ ਪਊ ਇਸ ਵੇਲੇ ਵੀ ਉੱਲੂ ਤਾਂ ਕਹਿੰਦੇ ਵੀ ਉੱਲੂ ਦਾ ਲੋਕ ਖਾਂਦੇ ਨੇ ਮਾਸ, ਜਿਵੇਂ ਉਹ ਤਾਂ ਚਮਗਿੱਦੜ ਖਾਂਦੇ ਨੇ, ਸੱਪ ਖਾ ਜਾਂਦੇ ਚੀਨ ਦੇ ਵਿੱਚ, ਉੱਲੂ ਦਾ ਵੀ ਕਈ ਲੋਕ ਮਾਸ ਖਾਂਦੇ ਨੇ, ਕਹਿੰਦੇ ਵੀ ਉੱਲੂ ਦੀਆਂ ਅੱਖਾਂ ਜੇ ਖਾ ਲਓ ਨਾ ਤਾਂ ਰਾਤ ਨੂੰ ਬੰਦੇ ਨੂੰ ਦਿਸਣ ਲੱਗ ਪੈਂਦਾ, ਇਹ ਮੰਨਦੇ ਨੇ ਉਹ ਜੁਨਾਨ ਵਾਲੇ ਖਾਸ ਤੌਰ 'ਤੇ। ਪਰ ਉੱਲੂ ਨੂੰ ਨਹੀਂ ਪਤਾ ਵੀ ਮੈਂ ਇੰਨੇ ਵਹਿਮਾਂ ਭਰਮਾਂ ਦਾ ਸ਼ਿਕਾਰ ਹਾਂ, ਜਾਂ ਮੈਨੂੰ ਲੋਕ ਚੰਗਾ ਵੀ ਸਮਝਦੇ ਨੇ ਜਾਂ ਮਾੜਾ ਸਮਝਦੇ ਨੇ, ਜੁਨਾਨ ਦੇ ਵਿੱਚ ਇਹਨੂੰ ਬਹੁਤ ਚੰਗਾ ਸਮਝਿਆ ਜਾਂਦਾ, ਜੁਨਾਨ ਦੇ ਲੋਕ ਇਹਨੂੰ ਅਕਲਮੰਦੀ ਦਾ ਪ੍ਰਤੀਕ ਸਮਝਦੇ ਨੇ, ਸਿਆਣਾ ਸਮਝਦੇ ਨੇ। ਪਰ ਕੁਝ ਦੇਸ਼ ਜਿਹੜੇ ਨੇ ਇਹਨੂੰ ਸਮਝਦੇ ਨੇ ਨੈਸ਼, ਮੌਤ ਦੀ ਨਿਸ਼ਾਨੀ, ਬੁਰਾਈ ਦੀ ਨਿਸ਼ਾਨੀ, ਮੰਦਭਾਗੀ ਨਿਸ਼ਾਨੀ। ਜਿਹੜਾ ਪੁਰਾਤਨ ਜਨਮ ਜੁਨਾਨ ਹੈ ਖਾਸ ਤੌਰ 'ਤੇ, ਉਹ ਇਹਨੂੰ ਬਹੁਤ ਵਧੀਆ ਕਿਸਮਤ ਵਾਲਾ ਸਮਝਦੇ ਸੀ। ਰੋਮ ਦੀ ਗੱਲ ਕਰੀਏ, ਰੋਮਨ ਲੋਕ ਜਿਹੜੇ ਹੈਗੇ ਨੇ ਉਹ ਨੈਸ਼ ਅਤੇ ਮੌਤ ਦਾ ਇੱਕ ਪੈਗਾਮ ਸਮਝਦੇ ਸੀਗੇ, ਵੀ ਕਹਿੰਦੇ ਵੀ ਜਦੋਂ ਇਹ ਬੋਲਦਾ ਉਦੋਂ ਬਾਅਦ ਕਿਸੇ ਨਾ ਕਿਸੇ ਦੀ ਮੌਤ ਹੋ ਜਾਂਦੀ, ਜਦੋਂ ਜਿਹੜਾ ਬੰਦੇ ਦੀ ਆਵਾਜ਼ ਸੁਣ ਲੈਂਦਾ। ਇਹ ਰੋਮਨ ਵਾਲੇ ਕਹਿੰਦੇ, ਰੋਮ ਦਾ ਰੋਮ ਦੇ ਉਹ ਵੀ ਦੋਨੋਂ ਭਾਈ ਰੋਮ ਦੇ ਹੋਏ ਸੀ ਨਾ ਭਰਾ, ਜਿਹਨਾਂ ਨੇ ਆ ਕੈਲੰਡਰ ਬਣਾਇਆ ਸੀਗਾ, ਅਗਸਤ ਜੁਲਾਈ ਆਪਾਂ ਗੱਲ ਕਰਦੇ ਸੀ ਵੀ ਜੁਲਾਈ ਅਗਸਤ ਦੇ ਮਹੀਨੇ 31-31 ਦੇ ਹੈਗੇ ਨੇ, ਅਤੇ ਫਰਵਰੀ ਦੇ ਵਿਚਾਰੇ ਦੇ 28 ਮਹੀਨੇ ਆਏ, ਵੀ ਜਿਹੜੇ ਉਹ ਸੀਗੇ ਦੋ ਭਰਾ ਜੂਲੀਅਸ ਸੀਜ਼ਰ ਅਤੇ ਅਗਸਤਸ, ਕਹਿੰਦੇ ਵੀ ਉਹਨਾਂ ਦੀ ਮੌਤ ਵੀ ਉਹਨਾਂ ਨੇ ਉੱਲੂ ਦੀ ਆਵਾਜ਼ ਸੁਣ ਲਈ ਸੀ, ਅਤੇ ਫਿਰ ਉਦੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀਗੀ। ਆਪੋ ਆਪਣੇ ਮੁਲਕਾਂ ਦਾ ਆਪੋ ਆਪਣਾ ਵਿਚਾਰ ਬਣਾਏ ਹੋਏ ਆ, ਅਸੀਂ ਆਪੋ ਆਪਣੇ ਬਣਾਏ ਹੋਏ ਆ। ਅਸੀਂ ਅਗਰ ਭਾਰਤ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅਲੱਗ ਅਲੱਗ ਚੀਜ਼ਾਂ ਦੇ ਆਪੋ ਆਪਣੇ ਵਿਚਾਰ ਨੇ। ਰੋਮਨ ਵਾਲੇ ਦਾ ਮੈਂ ਤੁਹਾਨੂੰ ਦੱਸਦਾ, ਜੁਨਾਨ ਵਾਲੇ ਜਿਹੜੇ ਨੇ ਉਹ ਕਹਿੰਦੇ ਵੀ ਜੇ ਅਸੀਂ ਉੱਲੂ ਦੇਖ ਲਈਏ ਸੁਪਨੇ ਦੇ ਵਿੱਚ, ਸੁਪਨੇ 'ਚ ਉੱਲੂ ਦੇਖ ਲਿਆ ਤਾਂ ਅਗਲੇ ਦਿਨ ਸਾਡੀ ਲੜਾਈ ਦੇ ਵਿੱਚ ਜਿੱਤ ਪੱਕੀ। ਉੱਥੇ ਹੀ ਰੋਮਨ ਵਾਲੇ ਕਹਿੰਦੇ ਨੇ, ਰੋਮ ਲੋਕ ਜਿਹੜੇ ਰੋਮਨ ਲੋਕ ਨੇ ਉਹ ਕਹਿੰਦੇ ਨੇ ਵੀ ਜੇ ਅਸੀਂ ਸੁਪਨੇ 'ਚ ਉੱਲੂ ਦੇਖ ਲਈਏ ਤਾਂ ਅਗਲੇ ਦਿਨ ਹਾਰ ਪੱਕੀ, ਅਤੇ ਜਾਂ ਫਿਰ ਇਹ ਵੀ ਜਦੋਂ ਸਮੁੰਦਰੀ ਜਹਾਜ਼ ਦੇ ਹਮਲਾ ਹੁਮਲਾ ਕਰਦੇ ਸੀਗੇ ਤਾਂ ਉਦੋਂ ਵੀ ਡਕੈਤੀ ਪੈ ਸਕਦੀ ਹੈ, ਕੋਈ ਮਾੜੀ ਖਬਰ ਜਿਹੜੀ ਆ ਉੱਲੂ ਸੁਪਨੇ 'ਚ ਆਉਣ ਨਾਲ ਹੋ ਸਕਦੀ ਹੈ। ਉੱਥੇ ਇੱਕ ਹੋਬਿਸ ਕਬੀਲਾ ਹੈਗਾ, ਉਹ ਉੱਲੂਆਂ ਨੂੰ ਸਮਝਦੇ ਨੇ ਵੀ ਭਾਈ ਇਹ ਸਾਡੇ ਜਿਹੜੇ ਪਹਿਲਾਂ ਬਜ਼ੁਰਗ ਬਜ਼ੁਰਗ ਮਰੇ ਨੇ ਜੀ, ਉਹਨਾਂ ਦਾ ਰੂਪ ਜਿਹੜੀ ਉਹਨਾਂ ਦੀ ਆਤਮਾ ਇਹਨਾਂ ਦੇ ਵਿੱਚ ਹੁੰਦੀ ਉੱਲੂਆਂ ਦੇ ਵਿੱਚ, ਇਹ ਕਿਸਮ ਦਾ ਸਾਡੇ ਵਾਸਤੇ ਰੱਬ ਦਾ ਰੂਪ ਭਗਵਾਨ ਦਾ ਰੂਪ ਹੈ, ਔਰ ਉੱਲੂਆਂ ਨੂੰ ਉਹ ਚੰਗਾ ਸਮਝਦੇ ਪੂਜਦੇ ਨੇ। ਇੰਗਲੈਂਡ ਦੀ ਗੱਲ ਕਰ ਲੈਂਦੇ ਹਾਂ, ਇੰਗਲੈਂਡ ਵੀ ਆਪਣੇ ਨੇੜੇ ਹੀ ਆ, ਇੰਗਲੈਂਡ ਵੀ ਬਹੁਤ ਸਾਰੇ ਪੰਜਾਬੀ ਰਹਿੰਦੇ ਨੇ। ਇੰਗਲੈਂਡ ਦੇ ਵਿੱਚ ਉੱਲੂ ਨੂੰ ਸਮਝਿਆ ਜਾਂਦਾ ਕਿ ਉਹ ਮੌਸਮ ਦੀ ਭਵਿੱਖਬਾਣੀ ਕਰਦਾ ਸੀਗਾ, ਕਹਿੰਦੇ ਵੀ ਜਦੋਂ ਚੀਕਣ ਦੇ ਅੰਦਾਜ਼ ਤੋਂ ਪਤਾ ਲੱਗ ਜਾਂਦਾ ਸੀ ਵੀ ਅੱਜ ਮੌਸਮ ਠੰਡਾ ਰਹੂਗਾ ਜਾਂ ਹਵਾ ਚੱਲੂਗੀ ਜਾਂ ਅੱਜ ਕੀ ਕਰੂਗੀ, ਇਹ ਤਾਂ ਮੈਨੂੰ ਪਤਾ ਨਹੀਂ ਵੀ ਇਹ ਉੱਲੂ ਕਿਵੇਂ ਚੈੱਕ ਕਰਦਾ ਵੀ ਮੌਸਮ ਦਾ ਜਿਹੜਾ ਹਾਲ ਕਿਵੇਂ ਦੱਸਦਾ। ਪਰ ਇੱਕ ਸਾਡੇ ਪਿੰਡ ਅਮਲੀ ਹੁੰਦਾ ਸੀ, ਉਹ ਵੀ ਮੌਸਮ ਦਾ ਹਾਲ ਦੱਸਦਾ ਸੀਗਾ ਬੜਾ ਵਧੀਆ, ਅਤੇ ਉਹਨੇ ਦੱਸਿਆ ਉਹ ਮੀਂਹ ਪੈਣਾ ਅੱਜ, ਓਏ ਚਲੋ ਕੱਪੜੇ ਕੁਪੜੇ ਸਾਂਭ ਲਓ, ਪਾਥੇ ਪੁਥੇ ਸਾਂਭ ਲਓ, ਅਤੇ ਉਹ ਉੱਦਣ ਮੀਂਹ ਪੈ ਗਿਆ ਕੁਦਰਤੀ, ਇੰਨਾ ਮੀਂਹ ਪਿਆ ਲੋਕ ਆ ਗਏ ਅਮਲੀ ਦੇ ਚਰਨਾਂ ਦੇ ਵਿੱਚ ਪੈਰਾਂ 'ਚ ਵੀ ਬਾਬਾ ਜੀ ਤੁਸੀਂ ਤਾਂ ਬੜੀ ਵਧੀਆ ਭਵਿੱਖਬਾਣੀ ਕੀਤੀ, ਵਾਕਿਆ ਮੀਂਹ ਆ ਗਿਆ ਐਡਾ,
ਅਤੇ ਉਹ ਲੋਕ ਉਹਨੂੰ ਪੂਜਣ ਤੱਕ ਜਾਣ, ਉਹ ਅਮਲੀ ਸੀਗਾ ਸਿੱਧਾ ਸਿੱਧਾ, ਉਹ ਕਹਿੰਦਾ ਐਵੇਂ ਕਮਲ ਨਾ ਮਾਰੀ ਜਾਓ, ਭਖਵਾਣੀ ਕੀਤੀ ਮੈਂ। ਉਹਦਾ ਕਹਿੰਦਾ ਮੇਰੀ ਫੀਮ ਦੇ ਵਿੱਚ ਜਿਹੜੀ ਡੱਬੀ ਦੇ ਵਿੱਚ ਫੀਮ ਸੀ ਉਹ ਗਿੱਲੀ ਹੋ ਗਈ, ਸਿੱਲੀ ਹੋ ਗਈ ਸੀ, ਉਹ ਤੋਂ ਮੈਂ ਅੰਦਾਜ਼ਾ ਲਾਇਆ ਸੀ ਵੀ ਮੀਂਹ ਆਊਗਾ, ਉਹ ਹਵਾ ਦੇ ਵਿੱਚ ਨਮੀ ਹੈਗੀ ਆ। ਸੋ ਇਹ ਉੱਲੂ ਕਿਵੇਂ ਉਹਨਾਂ ਨੂੰ ਦੱਸਦਾ ਸੀਗਾ ਵੀ ਅੱਜ ਠੰਡ ਰਹਿਣੀ ਆ ਕਿ ਅੱਜ ਕੀ ਹੋਣਾ। ਮੈਂ ਇੱਕ ਦੋ ਹੋਰ ਦੱਸ ਕੇ ਫਿਰ ਆਪਾਂ ਗੱਲਾਂ ਬਾਤਾਂ। ਅਲਜੀਰੀਆ ਦੇ ਕਹਿੰਦੇ ਜੀ, ਅਲਜੀਰੀਆ ਦੇ ਕਹਿੰਦੇ ਵੀ ਜੇ ਉੱਲੂ ਦੀ ਸੱਜੀ ਅੱਖ, ਕਮਾਲ ਦੀ ਗੱਲ ਹੈ, ਮੈਂ ਸਮਝਦਾ ਸੀ ਭਾਰਤ ਦੇ ਵਿੱਚ ਹੀ ਆ ਸਾਰਾ ਕੁਛ ਇਹ, ਪਰ ਬਾਹਰ ਦੇ ਵਿੱਚ ਵੀ ਬਹੁਤ ਨੇ, ਬਾਹਰਲੇ ਮੁਲਕਾਂ 'ਚ। ਅਲਜੀਰੀਆ 'ਚ ਕਹਿੰਦੇ ਸੀ ਵੀ ਉੱਲੂ ਦੀ ਸੱਜੀ ਅੱਖ ਨਾ ਕਿਤੇ ਸੁੱਤੀ ਪਈ ਜਨਾਨੀ ਦੇ ਹੱਥ 'ਤੇ ਰੱਖ ਦਿਓ, ਠੀਕ ਹੈ ਜੀ, ਲਿਆ ਕੇ ਉਹ ਜਦੋਂ ਉੱਠੂਗੀ ਤਾਂ ਪੁੱਛਾਂ ਦੇਣ ਲੱਗ ਜੂ, ਵੀ ਜੋ ਤੁਸੀਂ ਪੁੱਛੋਗੇ ਉਹ ਸੱਚੋ ਸੱਚ, ਤੁਹਾਡੀਆਂ ਜੋ ਕਹੋਗੇ ਉਹ ਹੋਊਗੀ, ਉਹੀ ਮਤਲਬ ਦੱਸੂਗੀ, ਸੱਚਾਈ ਦੱਸੂਗੀ। ਅਤੇ ਅਸੀਂ ਅਗਰ ਭਾਰਤ ਦੀ ਗੱਲ ਕਰੀਏ, ਮਿਥਿਹਾਸ ਇਹ ਦੱਸਦਾ ਕਿ ਲਕਸ਼ਮੀ ਮਾਤਾ ਜਿਹੜੀ ਧੰਨ ਦੀ, ਅਸੀਂ ਲਕਸ਼ਮੀ ਧੰਨ ਲਕਸ਼ਮੀ ਦੀ ਮਾਤਾ ਹੈਗੇ ਨੇ, ਵੀ ਉਹਨਾਂ ਦਾ ਵਾਹਨ ਜਿਹੜਾ ਉਹ ਉੱਲੂ ਸੀਗਾ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਉੱਲੂ ਬਾਰੇ ਹੈਗੀਆਂ ਨੇ, ਔਰ ਇਹ ਚੀਜ਼ਾਂ ਉੱਲੂ ਨੂੰ ਵੀ ਨਹੀਂ ਪਤਾ ਹੋਣੀਆਂ। ਇਸੇ ਤਰ੍ਹਾਂ ਹੋਰ ਬਹੁਤ ਸਾਰੇ, ਜਿਵੇਂ ਅਸੀਂ ਪੰਛੀਆਂ ਦੀ ਗੱਲ ਕਰ ਲਈਏ, ਜਾਨਵਰਾਂ ਦੀ ਗੱਲ ਕਰ ਲਈਏ, ਬੰਦਿਆਂ ਦੀ ਗੱਲ ਕਰ ਲਈਏ, ਬਹੁਤ ਸਾਰੇ ਲੋਕ ਵਿਸ਼ਵਾਸ ਬਣੇ ਨੇ, ਪਰ ਉੱਲੂ ਦੀ ਅਗਰ ਗੱਲ ਕਰੀਏ ਤਾਂ ਇੱਥੋਂ ਦੇ ਜਿਹੜੇ ਲੋਕ ਨੇ ਅਮੈਰੀਕਾ ਦੇ, ਇੰਡੀਆ ਦੇ ਵਿੱਚ ਤਾਂ ਕਹਿੰਦੇ ਨਾ, ਭਾਰਤੀ ਜਿਹੜੇ ਆਪਣੇ ਹੈਗੇ ਨੇ ਉਹ ਵੀ ਅੱਜ ਕੱਲ੍ਹ ਤਾਂ ਬਹੁਤ, ਪਹਿਲਾਂ ਨਹੀਂ ਸੀ, ਅੱਜ ਕੱਲ੍ਹ ਇੱਧਰਲੇ ਮੁਲਕਾਂ ਜਿਹੜੇ ਸਾਡੇ ਭਾਰਤੀ ਪੰਜਾਬੀ ਵੀ ਹੈਗੇ ਨੇ, ਮੈਂ ਉਹਨਾਂ ਦੇ ਘਰਾਂ 'ਚ ਵੀ ਗਿਆ, ਵੀ ਬੜਾ ਵੱਡਾ ਵੱਡਾ ਘਰ, ਕਹਿੰਦੇ ਵੀ ਉੱਲੂ ਰੱਖੇ ਹੁਣ ਤਾਂ ਉਜਾੜ ਪੈਂਦੀ ਹੈ। ਉਹ ਤਾਂ ਹੁਣ ਕਈ ਕਈ ਏਕੜ ਦੇ ਵਿੱਚ ਘਰ ਆ ਤਾਂ ਰੱਖੇ ਹੋਏ ਉੱਲੂ ਚਾਰ ਚੁਫੇਰ ਉਹਨਾਂ ਨੇ ਛੱਤਾਂ 'ਤੇ। ਮੈਂ ਪਹਿਲਾਂ ਸੋਚਿਆ ਵੀ ਉੱਲੂ ਇੰਨੇ ਕਿਉਂ ਬੈਠੇ ਆ ਇਹਨਾਂ ਦੇ ਘਰੇ, ਸ਼ਾਮ ਜੀ ਨੂੰ ਅਸੀਂ ਗਿੱਤਕਣਾ ਜੀ ਇਹਨੂੰ ਲਾਈਟਾਂ ਦੇ ਵਿੱਚ, ਮੈਂ ਕਿਹਾ ਵੀ ਆਹ ਉੱਲੂ ਬੈਠੇ ਅਡਾਉਂਦੇ ਨਹੀਂ ਤੁਸੀਂ ਇਹਨਾਂ ਨੂੰ? ਕਹਿੰਦੇ ਨਹੀਂ ਨਹੀਂ ਇਹ ਉੱਲੂ ਬੈਠੇ ਨਹੀਂ ਹੈਗੇ, ਅਸੀਂ ਬਣੇ ਬਣਾਏ ਹੋਏ ਰੱਖੇ ਨੇ, ਚੰਗੇ ਹੁੰਦੇ ਆ ਘਰ ਦੇ ਵਿੱਚ ਉੱਲੂ ਹੋਣ। ਸੋ ਭਾਈ ਆਪੋ ਆਪਣਾ ਵਿਚਾਰ ਹੈ, ਆਪੋ ਆਪਣੇ ਖਿਆਲ ਨੇ, ਉੱਲੂ ਬਾਰੇ ਅੱਜ ਗੱਲਬਾਤ ਕੀਤੀ ਹੈ। ਹੁਣ ਬਹੁਤ ਸਾਰੇ ਇਹ ਨਾ ਕਹਿ ਦਿਓ ਵੀ ਐਵੇਂ ਹੀ ਉੱਲੂ ਬਣਾਈ ਜਾਂਦਾ, ਕੋਈ ਗੱਲ ਨਹੀਂ, ਬਾਤ ਨਹੀਂ। ਸੋ ਇਹ ਚੀਜ਼ਾਂ ਵੀ ਸਾਡੇ ਨਾਲ ਜ਼ਿੰਦਗੀ ਦੇ ਨਾਲ ਨਾਲ ਚੱਲਦੀਆਂ ਨੇ। ਕਈ ਲੋਕ ਸਾਡੇ ਦਰਸ਼ਕ ਇਹ ਵੀ ਸੋਚਦੇ ਹੁੰਦੇ ਆ, ਕਈ ਵਾਰੀ ਕਹਿ ਵੀ ਦਿੰਦੇ ਨੇ ਵੀ ਭਾਈ ਇਹਨਾਂ ਚੀਜ਼ਾਂ ਦਾ ਕੀ ਫਾਇਦਾ, ਕੋਈ ਚੱਜ ਦੀ ਗੱਲ ਕਰਿਆ ਕਰੋ। ਵੀ ਜਦੋਂ ਉਹਨਾਂ ਨੂੰ ਪੁੱਛਦੇ ਭਾਈ ਚੱਜ ਦੀ ਗੱਲ ਕਿਹੜੀ ਹੈ, ਤਾਂ ਉਹ ਕਹਿੰਦੇ ਜੀ ਇਹ ਤਾਂ ਹੁਣ ਦੇਖ ਲਓ, ਹੁਣ ਤੁਹਾਨੂੰ ਵੀ ਪਤਾ ਹੋਣਾ ਚੱਜ ਦੀ ਗੱਲ ਕਿਹੜੀ ਹੈ। ਚਲੋ ਗੱਲਾਂ ਸਾਰੀਆਂ ਹੀ ਚੱਜ ਦੀਆਂ ਹੁੰਦੀਆਂ ਨੇ, ਗੱਲਾਂ ਸਾਰੀਆਂ ਅਸੀਂ ਜਿਹੜੀਆਂ ਆਪਦੇ ਵੱਲੋਂ ਕਰਦੇ, ਕੋਈ ਵੀ ਕਰਦਾ, ਉਹ ਕੋਸ਼ਿਸ਼ ਇਹੀ ਹੁੰਦੀ ਕਿ ਚੰਗੀ ਗੱਲ ਹੀ ਕਰੀਏ। ਚੰਗੀ ਗੱਲ ਤੋਂ ਭਾਵ ਇਹ ਆ, ਬਹੁਤ ਸਾਰੀਆਂ ਸੇਧ ਦੇਣ ਵਾਲੀਆਂ ਗੱਲਾਂ ਵੀ ਹੁੰਦੀਆਂ, ਬਹੁਤ ਸਾਰੀਆਂ ਲੋਕ ਵਿਸ਼ਵਾਸ ਵੀ ਤੁਹਾਡੇ ਨਾਲ ਸਾਂਝੇ ਕਰੀਦੇ, ਲੋਕ ਮੁਹਾਵਰੇ ਵੀ ਸਾਂਝੇ ਕਰੀਦੇ ਨੇ। ਪਰ ਅੱਜ ਉੱਲੂ ਦੀ ਗੱਲ ਕਰਨੀ ਹੈ, ਉੱਲੂ ਬਾਰੇ ਤੁਸੀਂ ਕੀ ਸਮਝਦੇ ਹੋ ਕਿ ਚੰਗਾ ਕਿ ਮਾੜਾ, ਜਾਂ ਵੈਸੇ ਤਾਂ ਸਿੱਧਾ ਸਿੱਧਾ ਜਵਾਬ ਇਹੀ ਹੁੰਦਾ ਕਿ ਐਵੇਂ ਵਾਧੂ ਵਹਿਮ ਆ, ਬੇਸ਼ੱਕ ਵਹਿਮ ਹੈ, ਪਰ ਇਹਦੇ ਨਾਲ ਸੰਬੰਧਿਤ ਹੋਰ ਬੜੀਆਂ ਗੱਲਾਂ ਹੋਣਗੀਆਂ ਜਿਹੜੀਆਂ ਤੁਹਾਨੂੰ ਯਾਦ ਹੋਣਗੀਆਂ, ਜਾਂ ਕਦੇ ਉੱਲੂ ਦੇਖ ਕੇ ਡਰੇ ਹੋ, ਉਹਦੀ ਆਵਾਜ਼ ਦੇਖ ਕੇ ਆਪਾਂ ਡਰੇ ਹੋਈਏ। ਅੱਜ ਕੱਲ੍ਹ ਵੈਸੇ ਇਹ ਜੇ ਅਸੀਂ ਗਲੋਬਲ ਗੱਲ ਕਰੀਏ, ਜਾਂ ਅਸੀਂ ਗੱਲ ਕਰੀਏ ਇਹ ਡਿਸਕਵਰੀ ਦੀ ਗੱਲ ਕਰੀਏ, ਤਾਂ ਉਹ ਚਿੰਤਾ ਦਾ ਵਿਸ਼ਾ ਉਹਨਾਂ ਵਾਸਤੇ ਹੈਗਾ ਕਿ ਉੱਲੂ ਜਿਹੜੇ ਨੇ, ਜਿਹੜੇ ਅਸਲੀ ਉੱਲੂ ਨੇ, ਉਹਨਾਂ ਦੀ ਕਮੀ ਹੋ ਰਹੀ ਬਹੁਤ ਜ਼ਿਆਦਾ। ਊਂ ਵੈਸੇ ਉੱਲੂ ਜਿਹੜੇ ਨੇ ਬਹੁਤ ਵੱਧ ਰਹੇ ਨੇ ਦੁਨੀਆ ਦੇ ਉੱਤੇ, ਅਤੇ ਬਹੁਤ ਲੋਕ ਉੱਲੂ ਸਿੱਧਾ ਕਰੀ ਜਾਂਦੇ ਨੇ, ਬਹੁਤ ਸਾਰੇ ਪਹਿਲਾਂ ਨਾਲੋਂ, ਪਹਿਲਾਂ ਘੱਟ ਉੱਲੂ ਸਿੱਧਾ ਕਰਦੇ ਸੀ, ਪਹਿਲਾਂ ਅਗਲੇ ਕਿਸੇ ਦਾ ਵੀ ਸੋਚਦੇ ਸੀਗੇ। ਸੋ ਅੱਜ ਲੋਕ ਵਿਸ਼ਵਾਸਾਂ ਦੀ ਅਸੀਂ ਗੱਲ ਕਰੀ ਹੈ ਕਿ ਉੱਲੂ ਬਾਰੇ ਕਾਫੀ ਸਾਰੇ ਵਿਸ਼ਵਾਸ ਹੈਗੇ ਨੇ, ਲੋਕ ਵਿਸ਼ਵਾਸ ਹੈਗੇ ਨੇ, ਵੈਸੇ ਤਾਂ ਮੈਂ ਕਾਫੀ ਦੱਸਦੇ ਨੇ, ਫਿਰ ਵੀ ਹੋਰ ਕੋਈ ਗੱਲ ਲੋਕ ਵਿਸ਼ਵਾਸਾਂ ਬਾਰੇ ਕਰਨੀ ਚਾਹੂੰ, ਜਿਹੜੇ ਸਾਡੇ ਲੋਕ ਵਿਸ਼ਵਾਸ ਸਾਡੇ ਨਾਲ ਚੱਲਦੇ ਆ ਰਹੇ ਨੇ ਸਦੀਆਂ ਤੋਂ, ਔਰ ਅੱਜ ਵੀ ਚੱਲਦੇ ਨੇ ਬਹੁਤ ਸਾਰੇ। ਅਸੀਂ ਕਹਿ ਦਿੰਦੇ ਕਿ ਅੱਜ ਕੱਲ੍ਹ ਨਹੀਂ ਮੰਨਦੇ, ਅੱਜ ਕੱਲ੍ਹ ਵੀ ਹੈ, ਅੱਜ ਕੱਲ੍ਹ ਕਿਸੇ ਦੇ ਘਰ ਤੁਸੀਂ ਦੇਖ ਕੇ ਕਿਤੇ ਗਏ ਹੋ, ਪ੍ਰਾਹੁਣੇ ਗਏ ਹੋ, ਤਾਂ ਦੇਖਿਓ ਛਿੱਕ ਵੱਜੇ ਸਹੀ ਨਾ, ਬੰਦੇ ਦੇ ਪੈਰ ਉੱਥੇ ਰੁਕੇ ਤਾਂ ਕਿਉਂ, ਬੇਸ਼ੱਕ ਅਸੀਂ ਅੱਜ ਕੱਲ੍ਹ ਮੰਨਦੇ ਨਹੀਂ ਹੈਗੇ। ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਲੋਕ ਵਿਸ਼ਵਾਸ ਜਿਹੜੇ ਤੁਹਾਡੇ ਨਾਲ ਸਾਂਝੇ ਕਰਦੇ ਰਹੀਦਾ, ਅਤੇ ਅੱਜ ਉੱਲੂ ਨੂੰ ਮੌਕਾ ਦਿੱਤਾ ਫਿਰ ਮੈਂ, ਅਤੇ ਤੁਸੀਂ ਵੀ, ਆਪਾਂ ਵੀ ਰਲ ਮਿਲ ਕੇ ਜਿਹੜਾ ਟਾਈਮ ਹੈਗਾ ਗੱਲਾਂ ਬਾਤਾਂ ਕਰਾਂਗੇ, ਪਰ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ। ਇੱਕ ਵਾਰ ਫਿਰ ਮੈਂ ਦੱਸ ਦੇਵਾਂ, ਸਾਨੂੰ ਕਾਫੀ ਟੈਕਸਟ ਮੈਸੇਜ ਵੀ ਆ ਰਹੇ ਨੇ, ਡਾਕਟਰ ਸਰਾਓ ਸਾਹਿਬ ਦਾ ਮੈਸੇਜ ਆਇਆ, ਹੋਰ ਵੀ ਕੈਪੀ ਮੈਸੇਜ ਕਾਫੀ ਆ ਰਹੇ ਨੇ ਕਿ ਤੁਸੀਂ ਇਹ ਦੱਸ ਦਿਓ ਵੀ ਜਿਹੜੇ ਚਾਰ ਦੋਸ਼ੀ ਸੀਗੇ, ਮੈਂ ਤਾਂ ਗਧੇ ਹੀ ਕਹੂੰਗਾ, ਬੇਵਕੂਫ ਹੀ ਕਹੂੰਗਾ, ਔਰ ਉਹਨਾਂ ਦੇ ਜਿਹੜੇ ਪਰਿਵਾਰ ਆ ਉਹਨਾਂ ਦੀ ਵੀ ਜ਼ਿੰਦਗੀ ਰੁਲ ਗਈ, ਜਿਹੜੀ ਕੁੜੀ ਸੀ ਨਿਰਭੈ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਤਾਂ ਰੁਲੀ ਰੁਲੀ ਹੈ। ਕਹਿੰਦੇ ਵੀ ਅਨਾਊਂਸ ਕਰ ਦਿਓ ਕਿ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਹੈ। ਮੈਂ ਸ਼ਾਇਦ ਲੇਟ ਟੀਵੀ ਖੋਲਿਆ ਹੋਏਗਾ, ਪਰ ਮੈਂ ਫਿਰ ਇੱਕ ਵਾਰ ਦੱਸ ਦੇਵਾਂ ਵੀ ਇਹ ਇੱਕ ਚੰਗੀ ਗੱਲ ਹੈ, ਬੇਸ਼ੱਕ ਲੇਟ ਹੋਈ ਆ, ਬਹੁਤ ਜ਼ਰੂਰੀ ਸੀਗੀ, ਜਿਵੇਂ ਫਾਂਸੀ ਸਜ਼ਾ ਟਲ ਰਹੀ ਸੀ ਉਹ ਲੱਗਦਾ ਸੀ ਕਦੇ ਵੀ ਇਹ ਫਿਰ ਟਲ ਸਕਦੀ ਆ।
ਸੋ ਆਪਾਂ ਅਗਰ ਕੋਈ ਪ੍ਰਤੀਕਰਮ ਦੇਣਾ ਚਾਹੋ ਫੇਰ ਤੇ ਵੀ ਦੇ ਸਕਦੇ ਹਾਂ ਜੀ, ਕੋਈ ਐਸੀ ਗੱਲ ਨਹੀਂ, ਮੈਨੂੰ ਉਮੀਦ ਸੀ ਮੁੱਦਾ ਦੇ ਵਿੱਚ ਸ਼ਾਇਦ ਗੱਲ ਹੋਈ ਕਿ ਨਹੀਂ ਹੋਈ ਉਹਦੇ 'ਚ। ਸੋ ਇਹ ਜਿਹੜੀ ਫਾਂਸੀ ਹੋਈ ਹੈ ਚਾਰ ਦੋਸ਼ੀਆਂ ਨੂੰ ਦਿੱਲੀ ਦੇ ਵਿੱਚ ਬੜੀ ਉਡੀਕ ਤੋਂ ਬਾਅਦ, ਇਹਦਾ ਵੀ ਕੋਈ ਪ੍ਰਤੀਕਰਮ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ ਤਾਂ ਕਰ ਸਕਦੇ ਹੋ। ਇੱਦਾਂ ਹੀ ਰਲਿਆ ਮਿਲਿਆ ਪ੍ਰੋਗਰਾਮ ਜਿਹੜਾ ਅੱਜ ਦਾ ਹੋਏਗਾ ਸਾਰਾ ਕੁਛ। ਮੈਂ ਇਸ ਤੋਂ ਪਹਿਲਾਂ ਕਿ ਤੁਹਾਡੀਆਂ ਕਾਲਾਂ ਵਾਲੇ ਪਾਸੇ ਜਾਵਾਂ, ਵਿਸ਼ਾ ਮੈਂ ਦੱਸ ਦਿੱਤਾ ਅਤੇ ਦਵਿੰਦਰ ਹੋਠੀ ਫੋਨ ਲਾਈਨ 'ਤੇ ਹੈਗੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਕੀ ਕਹਿੰਦੀ ਇਹਨਾਂ ਦੀ ਕਵਿਤਾ ਅੱਜ ਸੁਣਦੇ ਆਪਾਂ। ਦਵਿੰਦਰ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਕੋਈ ਵੀ ਗੱਲ ਕਰਨ ਤੋਂ ਪਹਿਲਾਂ, ਬਹੁਤ ਵਧੀਆ, ਕੋਈ ਵੀ ਗੱਲ ਕਰਨ ਤੋਂ ਪਹਿਲਾਂ ਮੈਨੂੰ ਫਿਰ ਭੁੱਲ ਜਾਣੀ, ਪਹਿਲਾਂ ਇਹ ਦੱਸੋ ਕਿ ਜਿਹੜਾ ਤੁਸੀਂ ਅੱਜ ਕੱਲ੍ਹ ਕਬੂਤਰਾਂ ਨੂੰ ਚਿੜੀਆਂ ਨੂੰ ਦਾਣਾ ਪਾਣੀ ਪਾਉਣਾ ਸ਼ੁਰੂ ਕੀਤਾ ਆ, ਉਹ ਕਿਹਨੇ ਦੱਸਿਆ ਸੀ ਤੁਹਾਨੂੰ? ਨਹੀਂ, ਉਹ ਕਿਸੇ ਨੇ ਨਹੀਂ ਦੱਸਿਆ, ਦੱਸੇ ਵਾਲਾ ਕੰਮ ਮੈਂ ਅੱਜ ਕੱਲ੍ਹ ਨਹੀਂ ਕਰਦਾ, ਬਹੁਤ ਕਰ ਲਏ ਪਹਿਲਾਂ, ਕਿਸੇ ਦੇ ਦੱਸੇ ਵਾਲੇ ਕਦੇ ਨਹੀਂ ਕਰਦਾ। ਇਹ ਨਹੀਂ, ਮੈਂ ਉਹ ਸਾਡੇ ਕੋਈ ਦੋਸਤ ਪਾਉਂਦੇ ਸੀ, ਉਹ ਚਿੜੀਆਂ ਸੋਹਣੀਆਂ ਲੱਗਦੀਆਂ ਆ ਕੇ, ਉਹਨੇ ਪਾਣੀ ਵੀ ਰੱਖਿਆ ਸੀ, ਪਾਣੀ ਦੇ ਵਿੱਚ ਉਹ ਫੁਹਾਰਾ ਜਿਹਾ ਲਾਇਆ ਸੀ ਕਿ ਚਿੜੀਆਂ ਆ ਕੇ ਨਹਾਉਂਦੀਆਂ ਸੀ ਉਹਦੇ 'ਚ, ਬੜਾ ਸੋਹਣਾ ਲੱਗਦਾ ਸੀ, ਆਨੰਦ ਆਉਂਦਾ ਸੀ। ਵੈਰ ਕੁਦਰਤ ਦੇ ਨੇੜੇ ਬੰਦਾ ਹੋ ਜਾਂਦਾ, ਅਗਰ ਸੱਚੀ ਗੱਲ ਇਹ ਹੈ ਕਿ ਜਦੋਂ ਹੁਣ ਅਸੀਂ ਦਾਣੇ ਦੇ ਰੋਜ਼ ਪਾਉਂਦੇ ਤਾਂ ਉਹ ਆ ਕੇ ਪਹਿਲਾਂ ਹੀ ਕੋਲ ਬਹਿ ਜਾਂਦੇ ਨੇ, ਡਰਦੇ ਨਹੀਂ ਹੈਗੇ ਫਿਰ ਪੰਛੀ। ਹਾਂਜੀ ਹਾਂਜੀ, ਮੈਂ ਕਿਹਾ ਵੀ ਜਿੱਦਾਂ ਮੈਂ ਇੱਕ ਥੋੜ੍ਹੇ ਦਿਨ ਪਹਿਲਾਂ ਨਾ ਕਿਸੇ ਨੇ ਫੇਸਬੁੱਕ 'ਤੇ ਬੜੀ ਫੋਟੋ, ਬੜੀ ਸੋਹਣੀ ਫੋਟੋ ਪਾਈ, ਬੜੀ ਪਿਆਰੀ ਸ਼ਬਦਾਵਲੀ ਲਿਖੀ ਸੀ, ਉਹ ਕਹਿੰਦੇ ਵੀ ਜੇ ਚਿੜੀਆਂ ਨੂੰ ਤੁਸੀਂ ਦਾਣਾ ਪਾਣੀ ਪਾਉਂਦੇ ਆ ਤੇ ਤੁਹਾਨੂੰ ਸੋਹਣੀ ਬਹੁਤੀ ਮਿਲਦੀ ਆ। ਮੈਂ ਕਿਹਾ ਤੁਹਾਡਾ ਤਾਂ ਵਿਆਹ ਹੋਇਆ, ਤੁਸੀਂ ਸਾਰਾ ਕੁਛ ਠੀਕ ਠਾਕ ਹੋ ਗਿਆ। ਹਾਂ ਗੱਲ ਹੁਣ ਪਤਾ ਲੱਗੀ, ਹਾਂ ਇਹ ਪਤਾ ਲੱਗੀ ਨਵੀਂ ਗੱਲ, ਹੁਣ ਗਾਂ ਜਦੋਂ ਹੱਥ ਉੱਤੇ ਦੇਖਣੇ ਸ਼ੁਰੂ ਕੀਤੇ ਲੋਕਾਂ ਦੇ ਫਿਰ ਉਦੋਂ ਦੱਸ ਦਿਆ ਕਰਾਂਗੇ। ਮੈਨੂੰ ਲੱਗਦਾ ਟਾਈਮ ਆ ਗਿਆ, ਕਰ ਲਈਏ ਹੁਣ, ਮੌਜ ਬਥੇਰੀ ਇਕੱਠੀ ਕਰ ਲਈਏ ਆਪਾਂ। ਚਲੋ ਚਲੋ, ਇੱਕ ਤਾਂ ਪ੍ਰਤੀਕਰਮ ਮੈਂ ਦਵਿੰਦਰ ਜ਼ਰੂਰ ਚਾਹੂੰਗਾ ਤੁਹਾਡਾ, ਜਿਹੜੀ ਫਾਂਸੀ ਹੋਈ ਚਾਰ ਦੋਸ਼ੀਆਂ ਨੂੰ ਬੜੀ ਲੰਬੇ ਉਡੀਕ ਤੋਂ ਬਾਅਦ, ਤੇ ਕੀ ਜਿਹੜੇ ਲੀਡਰ ਇਨਵੋਲਵ ਹੁੰਦੇ ਉਹਨਾਂ ਨੂੰ ਕਿਉਂ ਨਹੀਂ ਫਾਂਸੀ ਹੁੰਦੀ ਯਾਰ, ਇਹ ਬੜੀ ਹੈਰਾਨੀ ਦੀ ਗੱਲ ਹੈ। ਗੱਲ ਉਹੀ ਆ ਜਾਂਦੀ ਭਾਜੀ, ਜਦੋਂ ਉਹਨਾਂ ਦੇਸ਼ਾਂ ਦੇ ਵਿੱਚ, ਇਹਨਾਂ ਦੇਸ਼ਾਂ 'ਚ ਫਰਕ ਦੇਖੀਦਾ ਨਾ, ਇਹ ਚੀਜ਼ਾਂ ਬਹੁਤੀ ਵਾਰੀ ਤੁਹਾਨੂੰ ਸ਼ਰੇਆਮ ਪਤਾ ਹੁੰਦਾ ਕਿ ਲੀਡਰਾਂ ਨੇ ਧੱਕਾ ਕੀਤਾ ਜਾਂ ਪੈਸੇ ਵਾਲੇ ਬੰਦਿਆਂ ਨੇ ਧੱਕਾ ਕੀਤਾ, ਉਹਨਾਂ ਲਈ ਕਾਨੂੰਨ ਹੋਰ ਹੁੰਦਾ। ਪਹਿਲੀ ਤਾਂ ਗੱਲ ਇਹ ਆ ਵੀ ਜਿਹੜਾ ਉਹ ਹੋਈ ਹੈ, ਉਹ ਜਿਹਨਾਂ ਉਹ ਚੰਗਾ ਕੰਮ ਹੋਇਆ, ਜਿਹਨਾਂ ਨੇ ਪਾਪ ਕੀਤਾ ਸੀ ਉਹਨਾਂ ਨੂੰ ਪਾਪ ਦੀ ਸਜ਼ਾ ਮਿਲ ਗਈ, ਉਹ 'ਚ ਕੋਈ ਸ਼ੱਕ ਨਹੀਂ। ਪਾਪੜ ਕਿੰਨੇ ਵੇਲੇ ਉਹਨਾਂ ਨੇ ਡਰੇ ਕਰਨ ਲਈ, ਕਿੰਨਾ ਕੁਛ ਕੀਤਾ, ਕਿੰਨਾ ਡਰਾਮਾ ਜੀ। ਚਲੋ ਹਾਂਜੀ ਹਾਂਜੀ, ਤੇ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਦੂਜੇ ਉੱਥੇ ਕਾਨੂੰਨ ਜਿਹੜਾ ਦੋ ਤਰੀਕੇ ਨਾਲ ਕੰਮ ਕਰਦਾ, ਤੇ ਜਿਹਦੇ ਕੋਲ ਪਾਵਰ ਆ ਉਹਨੂੰ ਹਰ ਤਰ੍ਹਾਂ ਵਰਤਦਾ, ਜਿੱਦਾਂ ਉਹਦੇ ਵਿੱਚ ਬਾਰ ਬਾਰ ਉਹੀ ਗੱਲ ਆ ਜਾਂਦੀ, 84 ਵਾਲੇ ਰਾਈਟਸ ਵੀ ਹੈਗੇ ਆ ਜਿਹਦੇ ਵਿੱਚ ਪਾਵਰ ਵਾਲੇ ਬੰਦੇ ਹਜੇ ਵੀ ਤੁਰੇ ਕਰਦੇ ਹਨਾ, ਬਹੁਤ ਕੁਛ ਇੱਦਾਂ ਆ ਵੀ ਜਿਹੜੇ ਤਾਕਤਵਰ ਬੰਦੇ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਹਜੇ ਵੀ ਬਚ ਹੀ ਨਿਕਲਦੇ ਆ। ਨਹੀਂ, ਇਹ ਤਾਂ ਆਪਾਂ ਅੱਗੇ ਵੀ ਗੱਲ ਕਰੀ ਦੀ ਆ ਕਿ ਉੱਥੇ ਕਾਨੂੰਨ ਗਰੀਬਾਂ ਵਾਸਤੇ ਹੋਰ ਆ, ਅਮੀਰਾਂ ਵਾਸਤੇ ਹੋਰ ਹੈ, ਪੜ੍ਹਾਈ ਗਰੀਬਾਂ ਵਾਸਤੇ ਹੋਰ ਹੈ, ਅਮੀਰਾਂ ਵਾਸਤੇ ਹੋਰ ਹੈ, ਹੋਸਪਿਟਲ ਜਿਹੜੇ ਨੇ ਉਹ ਗਰੀਬਾਂ ਵਾਸਤੇ ਹੋਰ ਨੇ, ਅਮੀਰਾਂ ਵਾਸਤੇ ਹੋਰ ਨੇ, ਇੱਥੇ ਵਾਲਾ ਕੰਮ ਨਹੀਂ ਹੈ। ਪਰ ਇੱਕ ਚੀਜ਼ ਇਹ ਆ ਵੀ ਜਦੋਂ ਕੋਈ ਆਫਤ ਆਉਂਦੀ ਆ, ਜਦੋਂ ਕੋਈ ਦੁਸ਼ਮਣ ਦੀ ਲੜਾਈ ਆਉਂਦੀ ਜਾਂ ਹੁਣ ਕਰੋਨਾ ਆਇਆ, ਉਹ ਕਿਸੇ ਨਾਲ ਕੋਈ ਪਰਹੇਜ਼ ਨਹੀਂ ਕਰਦਾ, ਉਹ ਸਾਰਿਆਂ ਨੇ ਇੱਕੋ ਹੀ ਆ। ਉਹ ਵੀ ਜਦੋਂ ਕਰੋਨਾ ਜਿੱਦਾਂ ਹੁਣ ਜੀ ਉਹਨੇ ਲਪੇਟੇ ਨੇ ਕਈ ਲੀਡਰ ਲੂਡਰ ਵੀ ਕਈ ਮੁਲਕਾਂ ਦੇ, ਦੇਖੋ ਲੀਡਰ ਲਪੇਟੇ ਆ ਬਹੁਤ ਮੁਲਕਾਂ ਦੇ, ਜਿੱਦਾਂ ਕਿਸੇ ਨੇ ਚੁਟਕਲਾ ਭੇਜਿਆ ਸੀਗਾ। ਚਲੋ ਦੇਖੋ ਇੱਕ ਗੱਲ ਇਹ ਆ, ਪਹਿਲਾਂ ਤੇ ਗੱਲ ਕਲੀਅਰ ਕਰਦੀ ਹੈ, ਲੋਕਾਂ ਨੇ ਹੱਸੀ ਜਾਂਦੇ ਆ, ਤੇ ਪਹਿਲਾਂ ਤੇ ਕਲੀਅਰ ਕਰਦੇ ਬਹੁਤ ਮਾੜਾ ਟਾਈਮ ਆ ਸਾਰੀ ਦੁਨੀਆਂ ਦੇ ਉੱਪਰ, ਪਰਮਾਤਮਾ ਹਰ ਇੱਕ ਨੂੰ ਬਚਾਵੇ, ਤੇ ਤੁਸੀਂ ਵੀ ਬਚ ਕੇ ਰਹੋ ਜਿੱਦਾਂ ਵੀ ਆਪਣਾ ਬਚਾਅ ਕਰ ਸਕਦੇ ਆ, ਜੋ ਵੀ ਤੁਹਾਨੂੰ ਲੱਗਦਾ ਕਿ ਬਚਾਅ ਕੀਤਾ ਜਾ ਸਕਦਾ ਉਹਨਾਂ ਕਰੋ ਜੀ। ਤੇ ਖੈਰ ਜਿੱਥੇ ਇੰਨਾ ਮਾਹੌਲ ਦੇ ਵਿੱਚ ਲੋਕੀ ਡਰੇ ਪਏ ਆ, ਉੱਥੇ ਨਾਲ ਨਾਲ ਲੋਕੀ ਹਾਸੇ ਮਜ਼ਾਕ ਦੀਆਂ ਚੀਜ਼ਾਂ ਵੀ ਨਾਲ ਨਾਲ ਪਾਈ ਜਾਂਦੇ ਨਾ, ਕਿਸੇ ਨੇ ਚੁਟਕਲਾ ਭੇਜਿਆ ਕਹਿੰਦਾ ਵੀ ਰੱਬਾ ਇੰਡੀਆ ਤੋਂ ਸੀ ਵੀ ਮਿੱਤਰ, ਕਹਿੰਦਾ ਵੀ ਰੱਬਾ ਤੂੰ ਕਹਿੰਦਾ ਕਰੋਨਾ ਚ ਵੀ ਸਾਡੇ ਨਾਲ ਵਿਤਕਰਾ ਕਰ ਦਿੱਤਾ, ਕਹਿੰਦਾ ਵੀ ਦੁਨੀਆਂ ਦੇ ਕਈ ਵੱਡੇ ਵੱਡੇ ਲੀਡਰਾਂ ਨੂੰ ਕਰੋਨਾ ਹੋ ਗਿਆ, ਕਹਿੰਦਾ ਸਾਡੇ ਆਏ ਉਦੋਂ ਤੁਸੀਂ ਕਰਦੇ ਕਿਸੇ ਨੂੰ, ਜਿੰਨਾ ਚਿਰ ਕਹਿੰਦਾ ਇਹਨਾਂ ਨੂੰ ਨੀ ਹੁੰਦਾ ਨਾ ਲੋਕਾਂ ਦਾ ਨੀ ਹੋਣਾ। ਸੋ ਏਦਾਂ ਦੀਆਂ ਗੱਲਾਂ, ਚਲੋ ਹਾਸੇ ਵਾਲਾ ਮਾਹੌਲ ਤੇ ਨਹੀਂ ਆ, ਬੜਾ ਡਰਾਉਣਾ ਮਾਹੌਲ ਚਾਰ ਸਵੇਰੇ ਇਸ ਟਾਈਮ ਤੇ ਤੁਰਿਆ ਫਿਰਦਾ। ਮੈਂ ਵੀ ਇੱਕ ਕੱਲ ਗੱਲ ਕੀਤੀ ਸਾਂਝੀ, ਹਾਂਜੀ ਨਿਊਯਾਰਕ ਦੀ ਗੱਲ ਹੈ, ਉਹ ਬੱਸਾਂ ਦੇ ਵਿੱਚ ਹੁਣ ਪਬਲਿਕ ਟਰਾਂਸਪੋਰਟ ਉੱਤੇ ਹੈਗੀ, ਬੱਸ ਦੇ ਵਿੱਚ ਜਾ ਰਹੀ ਸੀ ਕੋਈ ਲੇਡੀ, ਹਾਂਜੀ, ਤੇ ਉਹਦੀ ਕੁੜੀ ਘਰੋਂ ਫੋਨ ਕਰੀ ਜਾਂਦੀ ਵਾਰ ਵਾਰ, ਕਿਸੇ ਨਾਲ ਨਾ ਬੈਠਿਓ, ਦੂਰ ਹੋ ਕੇ ਬੈਠੋ, ਐਂ ਕਰਿਓ ਓਂ ਕਰਿਓ, ਅਤੇ ਉਹਦੇ ਅਖੀਰ ਕਿਹਾ ਵੀ ਕਹਿੰਦੀ ਵੀ ਡਰਾਈਵਰ ਆ ਇਕੱਲਾ, ਹੁਣ ਬੱਸ ਦੇ ਵਿੱਚ ਜੇ ਕਹੇ ਤਾਂ ਉਹਨੂੰ ਵੀ ਕਹਿ ਦਿੰਦੀ ਆ ਵੀ ਉਹ ਵੀ ਉੱਤਰ ਜੂਗਾ, ਮੈਂ ਇਕੱਲੀ ਰਹਿ ਜਾਂਦੀ। ਸੋ ਇਹ ਵੀ ਦੇਖੋ ਦੁੱਖ ਦੇ ਵਿੱਚ ਵੀ ਕਈ ਗੱਲਾਂ ਜਿਹੜੀਆਂ ਹੈਗੀਆਂ ਨਿਕਲਦੀਆਂ, ਜਿੱਦਾਂ ਉਹ ਕੋਈ ਉਹ ਭੱਲੇ ਦੀ ਕੈਸਟ ਦੇ ਵਿੱਚ ਸੀਗਾ ਨਾ, ਜੋ ਕਿ ਕੋਈ ਅਰਥੀ ਲਈ ਜਾਂਦੇ ਸੀ, ਕਹਿੰਦਾ ਵੀ ਇਹਨੂੰ ਫੂਕਣ ਚੱਲੇ, ਉਹ ਕਹਿੰਦੇ ਨਹੀਂ ਜੀ ਸੈਰ ਕਰਾਉਣ ਚੱਲੇ ਹਾਂ, ਉੱਥੋਂ ਮੋੜ ਲਿਆਵਾਂਗੇ। ਸੋ ਇਹ ਗੱਲਾਂ ਤਾਂ ਖੈਰ ਜ਼ਿੰਦਗੀ ਜਿਹੜੀ ਹੈ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ। ਅਤੇ ਕਵਿਤਾ ਜੋ ਉੱਲੂ ਦੀ ਗੱਲ ਕੀਤੀ ਮੈਂ ਕਾਫੀ ਦੇਰ ਬਾਅਦ, ਮੈਂ ਕਿਹਾ ਜੀ ਉੱਲੂ ਨੂੰ ਮੌਕਾ ਦੇਈਏ,
हाँ जी क्योंकि अजकल उल्लू बनाउण दा रुझान जिहड़ा वध गया है। ਪਹਿਲਾਂ ਤਾਂ ਉਦਾਂ ਹੀ ਕੋਈ ਪਿੰਡਾਂ ਦੇ ਵਿੱਚ ਆ ਕੇ ਉੱਲੂ ਬਣਾਉਂਦੇ ਸੀ ਬੁੜੀਆਂ ਨੂੰ ਵੀ ਆਹ ਚਲੋ ਸੋਨੇ ਦੇ ਸੋਨੇ ਨੂੰ ਸਾਫ਼ ਕਰਾ ਲਓ ਫਲਾਨਾ ਕਰ ਲਓ। ਹੁਣ ਤਾਂ ਇੰਟਰਨੈਟ ਜਦੋਂ ਦਾ ਆਇਆ ਤਾਂ ਇੰਟਰਨੈਟ ਤੇ ਬੜੇ ਉੱਲੂ ਬਣ ਰਹੇ ਆ ਚੰਗੇ, ਆਪਾਂ ਪੜ੍ਹੇ ਲਿਖੇ ਵੀ ਕਈ। ਦੇਖੋ ਉੱਲੂ ਦੀ ਗੱਲ ਘੁਮਾ ਕੇ ਉੱਥੇ ਲਾਉਣ ਜਿਹੜਾ ਮਾਹੌਲ ਚੱਲ ਰਿਹਾ ਅੱਜ ਫਿਰੇ, ਹੁਣ ਦੇਖੋ ਉੱਲੂ ਬਣਾਈ ਜਾਂਦੇ ਆ, ਕੋਈ ਆਪਣੇ ਇੰਟਰਨੈਟ ਤੋਂ ਪੈਸੇ ਕਮਾਉਣ ਨੂੰ ਕੋਈ ਕਹੀ ਜਾਂਦਾ ਵੀ ਆਪਣੀ ਵੀਡੀਓ ਬਣਾ ਕੇ ਪਾਤੀ ਗੰਡਿਆਂ ਨਾਲ ਇਲਾਜ ਕਰ ਲਓ। ਉਹ ਪਤਾ ਵੀ ਲੋਕਾਂ ਨੇ ਪਤਾ ਵੀ ਲੋਕਾਂ ਨੂੰ ਵੀ ਨਹੀਂ ਹੁੰਦਾ ਤਾਂ ਫੇਰ ਵੀ ਲੋਕਾਂ ਨੇ ਹਾਸੇ ਮਜ਼ਾਕ 'ਚ ਸ਼ੇਅਰ ਕਰੀ ਜਾਣੀ ਨਾ, ਤੇ ਤੁਸੀਂ ਚਾਹੇ ਜਿਹੜੀ ਵੀਡੀਓ ਵਾਇਰਲ ਹੋ ਜਾਂਦੀ, ਚਾਹੇ ਤੁਸੀਂ ਉਹਨੂੰ ਗਾਲਾਂ ਕੱਢੋ, ਚਾਹੇ ਉਹਦੇ ਹੱਕ 'ਚ ਲਿਖੋ, ਉਹਦੇ ਪੈਸੇ ਬਣ ਜਾਂਦੇ, ਪੈਸੇ ਬਣ ਜਾਂਦੇ ਇਹ 'ਚ ਕੋਈ ਸ਼ੱਕ ਨਹੀਂ। ਪਰ ਇਫੈਕਟ ਇਹ ਦੱਸਦੇ ਨੇ, ਇਫੈਕਟ ਇਹ ਦੱਸਦੇ ਨੇ ਕਿ ਗਰਮੀ ਅਗਰ ਸਰਦੀ ਹੈ ਤਾਂ ਸਰਦੀ ਦੇ ਵਿੱਚ ਇਹ ਜ਼ਿਆਦਾ ਦੇਰ ਰਹਿੰਦਾ ਅਤੇ ਉਹ ਕਰ ਜਾਂਦਾ ਕੋਈ, ਅਗਰ ਠੰਡੀਆਂ ਚੀਜ਼ਾਂ ਅਸੀਂ ਜ਼ਿਆਦਾ ਖਾਂਦੇ, ਅਗਰ ਗਰਮ ਖਾਂਦੇ ਹਾਂ ਜਾਂ ਕੁਛ ਖਾਂਦੇ ਹਾਂ ਜਾਂ ਧੁੱਪ ਦੇ ਵਿੱਚ ਬੈਠਦੇ ਹਾਂ ਤਾਂ ਕਿਹਾ ਜਾਂਦਾ ਇਹ ਕਿ ਦਵਿੰਦਰ ਮਾੜਾ ਹੋਲਡ ਰੱਖਿਓ, ਕਿਹਾ ਜਾਂਦਾ ਇਹ ਕਿ ਇਹ ਜਿਹੜਾ ਹੈਗਾ ਇਹਨੂੰ ਫਰਕ ਪੈਂਦਾ। ਕਾਲਾਂ ਤੁਹਾਡੀਆਂ ਬਹੁਤ ਸਾਰੀਆਂ ਆ ਰਹੀਆਂ ਨੇ ਦਵਿੰਦਰ ਨੂੰ, ਮੈਂ ਹੋਲਡ ਰਖਾ ਕੇ ਅਤੇ ਕਾਲਾਂ ਇੱਕ ਵਾਰੀ ਹੋਲਡ ਕਰ ਲਈਆਂ। ਹਾਂਜੀ ਦਵਿੰਦਰ ਜੀ। ਹਾਂਜੀ ਹਾਂਜੀ ਕਿਹਾ ਜਾਂਦਾ ਕਿ ਗਰਮੀ ਦੇ ਵਿੱਚ ਨਹੀਂ ਗਾ, ਤੇ ਏਦਾਂ ਹੀ ਇੱਕ ਫੇਰ ਗੱਲ ਹੋਈ ਆ ਗਈ ਵੀ ਚਲੋ ਮਾਹੌਲ ਡਰਦਾ ਆ ਪਰ ਨਾਲ ਨਾਲ ਹਲਕਾ ਫੁਲਕਾ ਕਰਨਾ ਚਾਹੀਦਾ। ਉਹ ਬੰਦੇ ਨੇ ਚੁਟਕਲਾ ਭੇਜਿਆ, ਕਹਿੰਦਾ ਵੀ ਜਿੱਦਣ ਦਾ ਪਤਾ ਲੱਗਾ ਨਾ ਇਹ ਗੱਲ ਦਾ ਵੀ ਗਰਮੀ ਦੇ ਵਿੱਚ ਕਰੋਨਾ ਨਹੀਂ ਹੁੰਦਾ, ਕਹਿੰਦਾ ਉਦਣ ਦਾ ਕਹਿੰਦਾ ਲਗਾਤਾਰ ਮੀਂਹ ਤੇ ਗੜੇ ਪਈ ਜਾਂਦੇ, ਕਹਿੰਦਾ ਰੱਬਾ ਸਾਨੂੰ ਸਭ ਪਤਾ ਤੂੰ ਕੀ ਚਾਹੁੰਦਾ। ਲੋਕੀ ਨਾਲ ਨਾਲ ਸ਼ੁਕਰ ਮਿਰਚ ਲਈ ਜਾਂਦੇ ਆ। ਤੇ ਇਹਦੇ ਕਿਸੇ ਨੇ ਹੋਰ ਜੋਕ ਭੇਜਿਆ ਬੜਾ ਹਾਸੇ ਵਾਲਾ, ਉਹ ਵੀ ਕਹਿੰਦਾ ਵੀ ਚਮਗਿੱਦੜ ਸੱਪ ਚਮਚੜਕਾ ਕਹਿੰਦਾ ਇਹ ਚੀਨ ਵਾਲੇ ਬੰਦੇ ਖਾਂਦੇ ਰਹੇ, ਕਹਿੰਦਾ ਮੂੰਹ ਦੇ ਉੱਤੇ ਮਾਸਕ ਉਹ ਲੋਕੀ ਪਾਈ ਫਿਰਦੇ ਜਿਹੜੇ ਵਿਚਾਰੇ ਸਾਰੀ ਉਮਰ ਪੁੱਛਦੇ ਰਹੇ ਆ ਬਾਬਾ ਜੀ ਕੇਕ ਵਿੱਚ ਆਂਡਾ ਤਾਂ ਨਹੀਂ ਪਾਇਆ। ਆਏ ਰੱਬਾ, ਲੋਕੀ ਵੀ ਕਿਤੇ ਦੀ ਕਿਤੇ। ਮਾੜਾ ਜਿਹਾ ਦਵਿੰਦਰ ਮਾੜਾ ਜਿਹਾ ਹੋਰ ਹੋਲਡ ਰੱਖਿਓ, ਬਹੁਤ ਸਾਰੀਆਂ ਕਾਲਾਂ ਆ ਰਹੀਆਂ, ਫਟਾਫਟ ਕਵਿਤਾ ਵਾਲੇ ਪਾਸੇ ਆਪਾਂ ਚੱਲਾਂਗੇ ਅਤੇ ਉਸ ਤੋਂ ਬਾਅਦ ਕਾਲਾਂ ਜਿਹੜੀਆਂ ਸਾਡੇ ਦਰਸ਼ਕਾਂ ਦੀਆਂ ਉਹ ਲਵਾਂਗੇ। ਹਾਂਜੀ 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 ਦਵਿੰਦਰ, ਸੋਰੀ ਮੈਂ ਹੁਣ ਨਹੀਂ ਮੈਂ ਤੁਹਾਨੂੰ ਰੋਕਦਾ। ਨਹੀਂ ਕੋਈ ਨਹੀਂ, ਇਹ ਸਾਰੇ ਚੁਟਕਲੇ ਜਿਹੜੇ ਵਟਸਐਪ ਜਾਂ ਫੇਸਬੁੱਕ ਰਾਹੀਂ ਮੇਰੇ ਕੋਲ ਪਹੁੰਚੇ ਆ ਉਹ ਮੈਂ ਸ਼ੇਅਰ ਕਰਦਾ ਵੀ ਜਿਹਨਾਂ ਕੋਲ ਨਹੀਂ ਗਏ ਜਗਾੜ। ਇੱਕ ਹੋਰ ਮੈਂ ਸੁਣਾ ਗਿਆ, ਉਸ ਤੋਂ ਬਾਅਦ ਮੈਂ ਕਵਿਤਾ ਕਰਦਾ। ਇੱਕ ਬੰਦਾ ਕਹਿੰਦਾ ਵੀ ਕਰੋਨਾ ਇੰਡੀਆ ਦੇ ਵਿੱਚ ਆਇਆ ਆ ਕੇ ਬਹੁਤ ਨਾਰਾਜ਼ ਹੋਇਆ, ਬੜਾ ਨਾਰਾਜ਼ ਹੋਇਆ ਤੇ ਮੁੜ ਗਿਆ। ਕਿਉਂ? ਉਹ ਕਹਿੰਦਾ ਕਿਉਂ? ਕਹਿੰਦਾ ਕਰੋਨਾ ਨੂੰ ਪਤਾ ਲੱਗਾ ਤੇ ਅੱਜ ਤੋਂ ਕਈ ਸਾਲ ਪਹਿਲਾਂ ਉੱਥੇ ਚੇਚਕ ਦੀ ਬਿਮਾਰੀ ਆਈ ਸੀ, ਉਹਨੂੰ ਲੋਕਾਂ ਨੇ ਮਾਤਾ ਦਾ ਦਰਜਾ ਦੇ ਦਿੱਤਾ, ਕਹਿੰਦਾ ਮੈਨੂੰ ਫੁੱਫੜ ਦਾ ਦੇ ਦਿਓ। ਚੰਗੀ ਗੱਲ ਹੈ, ਮੁੱਕ ਦੀ ਗੱਲ ਇਹ ਆਪਾਂ ਵੀ ਕੋਸ਼ਿਸ਼ ਕੀਤੀ ਆ ਕਵਿਤਾ ਹਾਸੇ ਮਜ਼ਾਕ ਚ ਲੈਣ ਦੀ, ਪਰ ਅਗੇਨ ਉਹੀ ਗੱਲ ਹੈ ਕਿ ਪਹਿਲਾਂ ਦੱਸਿਓ ਵੀ ਇਹਨਾਂ ਕਿਉਂ ਵੀ ਦੰਦ ਕੱਢੀ ਜਾਂਦੇ ਆ ਵੀ ਪ੍ਰਭੂ ਤੁਹਾਨੂੰ ਟੈਨਸ਼ਨ ਚੋਂ ਕੱਢਣ ਲਈ ਥੋੜਾ ਜਿਹਾ ਉਪਰਾਲਾ। ਅੱਜ ਕੱਲ੍ਹ ਜਿੱਦਾਂ ਅਸੀਂ ਹਾਂਜੀ ਅਸੀਂ ਬੇ ਏਰੀਆ ਦੇ ਵਿੱਚ ਵੀ ਪੂਰਾ ਸ਼ੈਲਟਰ ਇਨ ਪਲੇਸ ਆ ਪੂਰੀ ਤਰ੍ਹਾਂ ਬੰਦ ਕੀਤਾ ਪਿਆ ਘਰਾਂ ਦੇ ਵਿੱਚ ਹੀ ਸਾਨੂੰ ਵੀ ਤੇ ਅੰਦਰ ਅੰਦਰ ਹੀ ਆ ਹਨਾ। ਚਲੋ ਕਹਿ ਕਹਿੰਦੇ ਵੀ ਰੱਬ ਨੂੰ ਚੈਲੰਜ ਜਦੋਂ ਬੰਦਾ ਕਰਦਾ ਨਾ, ਚਾਹੇ ਉਹ ਕੋਈ ਗੈਰ ਕੁਦਰਤੀ ਕੰਮ ਕਰਦਾ, ਚਾਹੇ ਕੋਈ ਉਦਾਂ ਦਾ ਬੰਬ ਬਣਾਉਂਦਾ, ਚਾਹੇ ਕੁਛ ਖਾਂਦਾ, ਉਦੋਂ ਕਹਿੰਦੇ ਨਤੀਜੇ ਜਿਹੜੇ ਆ ਉਹ ਅੱਜੀ ਭੱਜੀ ਭੁਗਤਣੇ ਪੈਂਦੇ, ਕਿਉਂਕਿ ਕੁਦਰਤ ਇੱਕ ਕਿਤੇ ਨਾ ਕਿਤੇ ਕੰਮ ਕਰਦੀ ਆ। ਅੱਛਾ ਜੀ। ਕਹਿੰਦੇ ਰੱਬ ਨੂੰ ਚੈਲੰਜ ਕਦੇ ਕਿਸੇ ਤੋਂ ਨਾ ਹੋਇਆ ਨਾ ਹੋਣਾ, ਰੱਬ ਨੂੰ ਚੈਲੰਜ ਕਦੇ ਕਿਸੇ ਤੋਂ ਨਾ ਹੋਇਆ ਨਾ ਹੋਣਾ, ਤੂੰ ਬਚ ਕੇ ਰਹਿ ਮਿੱਤਰਾ, ਹੁਣ ਖੁੱਲਾ ਫਿਰੇ ਕਰੋਨਾ, ਬਚ ਕੇ ਰਹਿ ਮਿੱਤਰਾ। ਕਹਿੰਦਾ ਜਿੱਥੋਂ ਵੀ ਇਹ ਆਇਆ ਕਿਤਿਓਂ ਕੰਮ ਨਾ ਹੋਇਆ ਚੰਗਾ, ਉਹ ਜਿੱਥੋਂ ਵੀ ਇਹ ਆਇਆ ਕਿਤਿਓਂ ਕੰਮ ਨਾ ਹੋਇਆ ਚੰਗਾ, ਦੇਖੋ ਰੱਬ ਦੇ ਰੰਗ ਨਿਆਰੇ, ਹੁਣ ਡਰੇ ਬੰਦੇ ਤੋਂ ਬੰਦਾ। ਕਿਆ ਬਾਤ ਹੈ। ਦੇਖੋ ਰੱਬ ਦੇ ਰੰਗ ਨਿਆਰੇ, ਡਰੇ ਬੰਦੇ ਤੋਂ ਬੰਦਾ, ਸ਼ੱਕ ਤੋਂ ਲੋਕੀ ਏਦਾਂ ਡਰਦੇ ਜਿਉਂ ਸੱਪ ਦਾ ਡੰਗ, ਉਹ ਛਾਲ ਮਾਰ ਕੇ ਪਿੱਛੇ ਹਟਦੇ ਜੇ ਕੋਈ ਦੇਵੇ ਖੰਘ। ਕਹਿੰਦੇ ਹੁਣ ਮੂੰਹ ਤੇ ਮਾਸਕ ਚਾੜੀ ਛੱਡਦੇ, ਕੀ ਨੋਨਾ ਕੀ ਘੋਨਾ, ਤੇ ਨਾਲੇ ਕਹਿੰਦੇ ਬਚ ਕੇ ਰਹਿ ਮਿੱਤਰਾ, ਖੁੱਲਾ ਫਿਰੇ ਕਰੋਨਾ, ਬਚ ਕੇ ਰਹਿ ਮਿੱਤਰਾ। ਰੈਸਟੋਰੈਂਟਾਂ ਦੇ ਵਿੱਚ ਸਾਡੇ ਇਹ ਹਾਲ ਆ ਵੀ ਲੋਕੀ ਕੋਈ ਨਾ ਕੋਈ ਉਹ ਜਿਹੜਾ ਟੇਕ ਆਊਟ ਵਾਲਾ ਕੰਮ ਕਰ ਰਹੇ ਆ, ਤਕਰੀਬਨ ਬੰਦ ਵਾਲਾ ਕੰਮ ਜਾਂ ਡਾਈਨਿੰਗ ਸਾਰੇ ਬੰਦ ਨੇ, ਡਾਈਨਿੰਗ ਬੰਦ ਆ ਸਾਰੇ ਬੰਦ ਹੈ। ਕਹਿੰਦਾ ਰੈਸਟੋਰੈਂਟ ਸਭ ਵਿਹਲੇ ਪਏ ਆ, ਤੇ ਕੀ ਕੁੱਕ ਕੀ ਵੇਟਰ ਸਾਰੇ ਵਿਹਲੇ ਤੁਰੇ ਫਿਰਦੇ ਹਨਾ, ਕੁੱਕ ਵੀ ਵੇਟਰ ਵੀ। ਕਹਿੰਦਾ ਰੈਸਟੋਰੈਂਟ ਸਭ ਵਿਹਲੇ ਪਏ ਆ, ਕੀ ਕੁੱਕ ਕੀ ਵੇਟਰ, ਕਾਫਕੋ ਮੋਰੇ ਲੈਣਾ ਲਾ ਕੇ ਸਾਰੇ ਲੱਭਦੇ ਟੋਇਲਟ ਪੇਪਰ। ਕਹਿੰਦਾ ਰੈਸਟੋਰੈਂਟ ਸਭ ਵਿਹਲੇ ਪਏ ਆ, ਕੀ ਕੁੱਕ ਕੀ ਵੇਟਰ, ਕਾਫਕੋ ਮੋਰੇ ਲੈਣਾ ਲਾ ਕੇ ਲੱਭਣ ਟੋਇਲਟ ਪੇਪਰ, ਚੱਕ ਲਓ ਕਰਦੇ ਪਰਦੇ ਕੀ ਮੇਮ ਕੀ ਸਾਹਿਬ, ਉਹ ਭਰਾਵੋ ਕਰੋਨਾ ਦੇ ਡਾਕਟਰ ਕਹਿੰਦੇ ਇਹਦੇ ਨਾਲ ਤੁਹਾਨੂੰ ਲੱਗਦੇ ਨੀ ਕਿਤੇ ਜਲਾਬ, ਪੇਪਰਾਂ ਪਿੱਛੇ ਪਈ ਫਿਰ। ਕਹਿੰਦਾ ਹੱਥ ਮੂੰਹ ਸਭ ਲਪੇਟ ਕੇ, ਅੱਜ ਕੱਲ ਹੱਥ ਮੂੰਹ ਸਭ ਲਪੇਟ ਕੇ ਹਰ ਕੋਈ ਬਣਿਆ ਫਿਰੇ ਡਰਾਉਣਾ,
ਤੇ ਨਾਲੇ ਕਹਿੰਦੇ ਬਚ ਕੇ ਰਹਿ ਮਿੱਤਰਾ, ਖੁੱਲਾ ਫਿਰੇ ਕਰੋਨਾ ਜੀ ਜੀ। ਦੁਨੀਆਂ ਭਰ ਦੇ ਦੇਸ਼ਾਂ ਦੇ ਲੋਕੀ ਘਰਾਂ ਚ ਕਰਤੇ ਬੰਦ, ਦੁਨੀਆਂ ਘਰ ਦੇ ਦੇਸ਼ਾਂ ਦੇ ਲੋਕੀ ਘਰਾਂ ਚ ਕਰਤੇ ਬੰਦ, ਡਰਦੇ ਸਾਰੀ ਦੁਨੀਆਂ ਅੱਜ ਕੱਲ ਥਰ ਥਰ ਰਹੀ ਆ ਕੰਮ। ਗਰੋਸਰੀ ਇਕੱਠੀ ਕਰਨ ਵੇਲੇ ਹੁਣ ਦੇਖਣ ਨਾ ਵਾਧਾ ਘਾਟਾ, ਕੋਈ ਨੀ ਮਹਿੰਗਾ ਸਸਤਾ ਦੇਖਦਾ ਨਾ ਸੈਨਾਟਾਈਜ਼ਰ ਕੀ, ਕਹਿੰਦਾ ਗਰੋਸਰੀ ਇਕੱਠੀ ਕਰਨ ਵੇਲੇ ਨਾ ਹੁਣ ਦੇਖਣ ਵਾਧਾ ਘਾਟਾ, ਗੋਰੇ ਪੈਣ ਬ੍ਰਿਡਾਂ ਨੂੰ ਤੇ ਦੇਸੀ ਚੱਕਣ ਆਟਾ। ਆਟਾ ਬਿਲਕੁਲ ਸਹੀ ਗੱਲ, ਆਟਾ ਖਤਮ ਕੀਤਾ ਪਿਆ। ਪਾਣੀ ਲੋਕੀ ਏਦਾਂ ਲੱਦਣ, ਪਾਣੀ ਲੋਕੀ ਏਦਾਂ ਲੱਦਣ ਭਾਵੇਂ ਟੁੱਟ ਜਾਏ ਰੇਹੜੀ, ਸਾਬਣ ਸ਼ੈਂਪੂ ਕੱਪ ਨਿਊਡਲਾਂ ਤੇ ਗਰੋਸਰੀ ਨਾ ਭਰ ਲਈ ਡੇਰੀ। ਬਾਹਰੋਂ ਜਾ ਕੇ ਆਏ ਤੇ ਮਾਂ ਮਾਂ ਹੱਥ ਨੂੰ ਅੱਜ ਕੱਲ ਧੋਣਾ, ਤੇ ਨਾਲੇ ਕਹੀ ਜਾਂਦਾ ਕਿ ਬਚ ਕੇ ਰਹਿ ਮਿੱਤਰਾ, ਬਾਹਰ ਖੁੱਲਾ ਫਿਰੇ ਕਰੋਨਾ, ਬਚ ਕੇ ਰਹਿ ਮਿੱਤਰਾ ਜੀ। ਤੇ ਆਖਰੀ ਸ਼ੇਰ ਹੈ, ਚਲੋ ਹਾਸੀ ਖੇਡੀ ਬਹੁਤ ਹੋਈ, ਹੁਣ ਕੰਮ ਦੀ ਗੱਲ ਹੁਣ ਕਰੀਏ ਕੰਮ ਦੀ ਗੱਲ, ਹਾਸੀ ਖੇਡੀ ਬਹੁਤ ਹੋਈ ਹੁਣ ਕਰੀਏ ਕੰਮ ਦੀ ਗੱਲ, ਇਹ ਸੀਰੀਅਸ ਗੱਲ ਆ, ਇਹਨੂੰ ਸੀਰੀਅਸ ਲਵੋ ਤੇ ਐਵੇਂ ਨਾ ਖਿਲਾਰੋ ਝੱਲ। ਥੋੜੇ ਚਿਰਾਂ ਲਈ ਪਾਰਟੀਆਂ ਸ਼ਾਰਟੀਆਂ ਕਰ ਦੋ ਤੁਸੀਂ ਬੰਦ, ਨਹੀਂ ਤਾਂ ਪਾਰਟੀ ਮਹਿੰਗੀ ਪਊ ਜੇ ਕਿਸੇ ਨੇ ਦਿੱਤਾ ਉੱਥੇ ਖੰਗ, ਤੇ ਨਾਲ ਨੀ ਜਾਂਦੇ ਡਾਲਰ ਕਿਸੇ ਦੇ, ਨਾਲ ਨੀ ਜਾਂਦੇ ਡਾਲਰ ਕਿਸੇ ਦੇ, ਤੇ ਨਾ ਨਾ ਜਾਂਦਾ ਸੋਨਾ। ਥੋੜਾ ਵਿਚਾਰ ਇੱਦਾਂ ਹੀ ਆ ਵੀ ਬਚ ਕੇ ਰਹਿ ਮਿੱਤਰਾ, ਖੁੱਲਾ ਫਿਰੇ ਕਰੋਨਾ, ਬਚ ਕੇ ਰਹਿ ਮਿੱਤਰਾ। ਬਹੁਤ ਮਿਹਰਬਾਨੀ ਦਵਿੰਦਰ, ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ, ਆਪਣੀ ਗੱਲਬਾਤ ਕਰਨ ਵਾਸਤੇ ਬੜਾ ਧੰਨਵਾਦ ਤੁਹਾਡਾ। ਵਧੀਆ ਸੀ ਕਵਿਤਾ, ਬਿਲਕੁਲ ਇਹੀ ਮਾਹੌਲ ਹੋਇਆ ਹੋਇਆ ਪੂਰੇ ਅਮਰੀਕਾ ਦੀ ਅਗਰ ਗੱਲ ਕਰੀਏ ਅਸੀਂ, ਆਪਣੇ ਆਸੇ ਪਾਸੇ ਦੀ ਗੱਲ ਕਰੀਏ ਤਾਂ ਬਿਲਕੁਲ ਜੋ ਕਵਿਤਾ ਦੇ ਵਿੱਚ ਦੱਸਿਆ ਉਹੀ ਮਾਹੌਲ ਹੋਇਆ ਹੋਇਆ। ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਵਾਲੇ ਪਾਸੇ ਚੱਲਾਂਗੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਫਟਾਫਟ ਤੁਹਾਡੀਆਂ ਕਾਲਾਂ ਵੱਲ ਚੱਲਦੇ ਹਾਂ। ਕੀ ਕਹਿਣਾ ਚਾਹੁੰਦੇ ਹੋ, ਕੀ ਵਿਚਾਰ ਨੇ ਤੁਹਾਡੇ? ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਰੰਧਾਵਾ ਨਾਮ ਮਹਾਰਾਜ ਜੀ, 703 ਏਰੀਆ ਕੋਡ, ਤੁਸੀਂ ਆਉਂਦੇ ਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੀ ਜੀ, ਕੀ ਹਾਲ ਚਾਲ ਜੀ? ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਵਰਜੀਨੀਆ ਤੋਂ ਬੋਲਦਾ ਜੀ। ਜੀ ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਅੱਜ ਤੇ ਗੱਲ ਬੜੀ ਵਧੀਆ ਲਾਏ ਉੱਲੂ ਦੀ ਜੀ। ਉੱਲੂ ਦਾ ਉੱਲੂ ਦਾ ਆਪਾਂ ਚੌਥੀ ਪੰਜਵੀਂ ਤੋਂ ਸੁਣਦੇ ਹਾਂ, ਤੇ ਤੁਸੀਂ ਵੀ ਸੁਣਦੇ ਹੋ ਕਿ ਮਾਸਟਰ ਕਹਿੰਦੇ ਉੱਲੂ ਕਾ ਕੇ ਤੁਸੀਂ ਦੱਸ ਦਿਓ ਜੀ। ਹਾਂਜੀ ਜੀ ਹਾਂਜੀ, ਇਹ ਬੜੀ ਇੰਪੋਰਟੈਂਟ ਆ। ਮੈਂ ਦੱਸਣਾ ਚਾਹੁੰਦਾ ਕਿ ਯੂਐਸਏ ਦੇ ਵਿਚ 13,000 ਪੋਜ਼ਿਟਿਵ ਨਿਕਲਿਆ ਹੈ ਕੋਰੋਨਾ ਦੇ ਵਾਇਰਸ ਜਿਹੜੀ ਸਾਡੇ ਅੰਕੜੇ ਤੇ ਇੱਥੇ ਹੋਰ ਸੀ ਜੋ ਥੋੜੀ ਦੇਰ ਪਹਿਲਾਂ ਦੱਸ ਰਹੇ ਸੀ ਸਵੇਰੇ, ਅੱਜ ਟਰੰਪ ਦਾ ਚੱਲ ਰਿਹਾ ਸੀਗਾ ਲਾਈਵ ਦੱਸ ਰਹੇ ਸੀ ਜਿਹੜੇ, ਉਹ ਤਾਂ 8,000 ਹੁਣੇ ਸੁਣ ਕੇ ਹਟਿਆ ਹੁਣੇ, ਹਾਂ 100 ਕੁਛ ਪੋਜ਼ਿਟਿਵ ਦੱਸਦੇ ਸੀ ਉਹ। ਅੱਛਾ, ਹੁਣੇ ਸੁਣ ਕੇ ਜੀ ਬੜੀ, ਚਲੋ ਜੀ, ਹੋਰ ਧਿਆਨ ਰੱਖਣ ਦੀ ਲੋੜ ਹੈ ਸਾਰਿਆਂ ਨੂੰ, ਬੇਨਤੀ ਕਰਦੇ ਹਾਂ ਦੁੱਖ ਵਾਲੀ ਸਾਰਿਆਂ ਨੂੰ, ਸਾਨੂੰ ਵੀ ਤੇ ਸਭ ਦੁਨੀਆਂ ਨੂੰ ਧਿਆਨ ਰੱਖਣ ਦੀ ਲੋੜ ਹੈ। ਤੇ ਬਾਕੀ ਮੈਂ ਗੱਲ ਕਰਨੀ ਚਾਹੁੰਦਾ, ਤੁਸੀਂ ਉੱਲੂ ਦੀ ਗੱਲ ਕੀਤੀ ਹੈ ਜੀ, ਉਹ ਕੋਈ ਫੌਜੀ ਸੀ ਨਾ ਸੈਕਿੰਡ ਵਰਲਡ ਵਾਰ ਦੇ ਵਿੱਚ, ਅੱਛਾ ਜੀ, ਤੇ ਉਹਨੂੰ ਕੋਈ ਬੰਦਾ ਕਹਿੰਦਾ ਇਹ ਕਿਆ ਹਾਲ ਹੈ, ਉਹ ਕਹਿੰਦਾ ਹਾਲ ਕਿਆ ਬਤਾਊ, ਅਬ ਤੋ ਹਰ ਸ਼ਾਖ ਪੇ ਉੱਲੂ ਬੈਠਾ ਹੈ, ਅਬ ਤੋ ਹਰ ਸ਼ਾਖ, ਮਤਲਬ ਚਾਰੇ ਪਾਸੇ ਲੜਾਈ ਲੱਗੀ ਹੋਈ ਸੀ ਹਰੇਕ ਦੇਸ਼ ਦੇ ਵਿੱਚ, ਹਾਲੇ ਗੁਲਸਤਾਨ ਚਾਰੇ ਪਾਸੇ ਕਿਆ ਹੋਗਾ, ਹਰ ਸ਼ਾਖ ਪੇ ਉੱਲੂ ਬੈਠਾ ਹੈ, ਹਰ ਸ਼ਾਖ ਪੇ ਉੱਲੂ ਬੈਠਾ ਹੈ, ਇਹ ਵੀ ਹੈ। ਸੋ ਇਹ ਗੱਲ ਆ, ਉੱਲੂ ਤਾਂ ਦੇਖਦੇ ਹੁੰਦੇ ਸੀ ਪਰ ਉੱਲੂਆਂ ਵਾਂਗੂ ਹੀ ਝਾਕਦੇ ਹੁੰਦੇ ਸੀ ਰਾਤਾਂ ਨੂੰ, ਹਾਂਜੀ, ਆਪੋ ਆਪਣੇ ਖਿਆਲਾਤ ਹੁੰਦੇ ਨੇ, ਹਰ ਇੱਕ ਕੌਮ ਦੇ ਵਿੱਚ ਕੋਈ ਕਿਸੇ ਤਰੀਕੇ ਨਾਲ ਮੰਨਦਾ, ਕੋਈ ਕਿਸੇ ਤਰੀਕੇ ਨਾਲ ਮੰਨਦਾ, ਬਿਲਕੁਲ ਜੀ, ਸਾਡੇ ਹਾਂਜੀ ਦੁਨੀਆਂ ਦੇ ਵਿੱਚ ਵਹਿਮ ਤਾਂ ਵੈਸੇ ਸਾਰੀ ਦੁਨੀਆਂ ਦੇ ਵਿੱਚ ਹੀ ਆ। ਹਾਂਜੀ, ਇਹ ਦੇਖੋ ਉੱਲੂ ਨੂੰ ਇਹ ਮਤਲਬ ਕਿਹੜੇ ਕੰਟਰੀ ਦਾ ਹੈਗਾ, ਇੱਕ ਦਾ ਇਹ ਰਾਸ਼ਟਰੀ ਪੰਛੀ ਵੀ ਹੈ ਇਹ, ਹਾਂਜੀ ਜ਼ਰੂਰ ਹੋਣਾ, ਤੇ ਉਹ ਮੇਰੇ ਖਿਆਲ ਕਿਸੇ ਅਫਰੀਕਨ ਦੇਸ਼ ਦਾ ਵਾ, ਹਾਂਜੀ ਹਾਂਜੀ, ਉਹ ਸਿੱਕੇ ਦੇ ਉੱਪਰ ਵੀ ਉੱਲੂ ਦੀ ਫੋਟੋ ਛਪੀ ਹੋਈ ਉੱਥੇ, ਹਾਂਜੀ ਹਾਂਜੀ, ਚਲੋ ਲੋਕਾਂ ਦੇ ਵਿਚਾਰ ਹੁੰਦੇ ਨੇ ਤੇ ਹਰ ਇੱਕ ਬੰਦੇ ਦੇ ਆਪੋ ਆਪਣੇ ਖਿਆਲਾਤ ਹੁੰਦੇ ਆ, ਪਰ ਸਾਡੇ ਤਾਂ ਬਾਣੀ ਇਹ ਕਹਿੰਦੀ ਆ ਬਈ ਭਾਈ
ਤੁਸੀਂ ਕੋਈ ਇਹਨਾਂ ਵਹਿਮਾਂ ਭਰਮਾਂ ਤੋਂ ਦੂਰ ਹੀ ਰਹੋ। ਹਾਂਜੀ, ਬਾਕੀ ਮੈਂ ਜਿਹੜੀ ਨਿਰਭੈ ਉਹ ਲੜਕੀ ਦੇ ਤੋਂ ਫਾਂਸੀ ਆਈ ਆ, ਜੀ ਦੇਰ ਆਏ ਦੁਰਸਤ ਆਏ, ਪਰ ਇਹਨਾਂ ਨੂੰ ਇੰਨੀ ਦੇਰ ਨਹੀਂ ਲਾਉਣੀ ਚਾਹੀਦੀ ਸੀ। ਬਿਲਕੁਲ ਜੀ ਬਿਲਕੁਲ, ਹਾਂਜੀ ਬਹੁਤ ਲੰਮਾ ਟਾਈਮ, ਕਿਉਂਕਿ ਲੜਕੀ ਦੇ ਮਾਂ ਬਾਪ ਨੇ ਭੁਗਤਿਆ। ਉਹ ਕਿੰਨੀ ਕਿੰਨੀ ਹੁਸ਼ਿਆਰ ਲੜਕੀ ਸੀ, ਉਹਦੇ ਫਾਦਰ ਨੇ 4 ਲੱਖ ਰੁਪਇਆ ਆਪਣੀ ਜ਼ਮੀਨ ਵੇਚ ਕੇ ਉਹ ਇਕੱਠਾ ਕੀਤਾ ਸੀ। ਦੇਖੋ ਉਹਨੂੰ ਕਿਸੇ ਦਰਿੰਦਿਆਂ, ਮੈਂ ਤਾਂ ਇਹਨਾਂ ਨੂੰ ਦਰਿੰਦੇ ਆਖਦਾ ਜੀ, ਦਰਿੰਦੇ ਦਰਿੰਦੇ ਬਿਲਕੁਲ ਦਰਿੰਦੇ। ਹਾਂਜੀ, ਇਹਨਾਂ ਦਰਿੰਦਾਂ ਨੇ ਉਹਨਾਂ ਨੂੰ ਮਾਰਿਆ, ਤੇ ਅਜੇ ਵੀ ਮੈਂ ਚਲੋ ਠੀਕ ਆ ਇਨਸਾਫ਼ ਮਿਲਿਆ, ਪਰ ਮੈਂ ਤਾਂ ਇਨਸਾਫ਼ ਉਦੋਂ ਮੈਨੂੰ ਜਦੋਂ ਮੈਨੋਰਟੀ ਜਿਹੜੇ ਸਿੱਖਾਂ ਨੂੰ ਵੀ ਕਦੇ ਇਨਸਾਫ਼ ਸਾਨੂੰ ਮਿਲੂਗਾ, ਮਿਲਣਾ ਚਾਹੀਦਾ। ਜਿਹੜੇ ਰਾਜਨੀਤਿਕ ਦਰਿੰਦੇ ਨੇ ਜਦੋਂ ਉਹਨਾਂ ਨੂੰ ਸਜ਼ਾ ਮਿਲੂਗੀ, ਅਸਲ ਇਨਸਾਫ਼ ਉਦੋਂ ਮੰਨਿਆ ਜਾਏ। ਇਹ ਜਿਨ੍ਹਾਂ ਨੇ ਮੂਹਰੇ ਹੋ ਕੇ ਜਿੱਦਾਂ ਹੁਣ ਕਮਲਨਾਥ ਨੂੰ ਚੁੱਕ ਕੇ ਇਹਨਾਂ ਨੇ ਮੁੱਖ ਮੰਤਰੀ ਬਣਾ ਤਾ, ਮੱਧ ਪ੍ਰਦੇਸ਼ ਦਾ ਬਣਾ ਤਾ ਸੀ, ਦੇਖੋ ਤੇ ਉਹਦੀ ਵੀ ਗੌਰਮੈਂਟ ਜਾਣੀ ਆ ਹੁਣ, ਉਹਨੂੰ ਵੀ ਜੇਲ੍ਹ ਦੇ ਵਿੱਚ ਸੁੱਟਣਾ ਚਾਹੀਦਾ, ਇਨਸਾਫ਼ ਦੇਣਾ ਚਾਹੀਦਾ, ਫਿਰ ਮੈਂ ਇਨਸਾਫ਼ ਮੰਨੂ, ਨਹੀਂ ਤਾਂ ਮੇਰੇ ਖਿਆਲ ਦੇ ਵਿੱਚ ਮੈਨੋਰਟੀ ਨੂੰ ਕੋਈ ਉੱਥੇ ਇਨਸਾਫ਼ ਨਹੀਂ ਗਾ। ਬਿਲਕੁਲ ਜੀ, ਬਹੁਤ ਮਿਹਰਬਾਨੀ ਜੀ ਵੀਰ ਸਾਹਿਬ, ਓਕੇ ਜੀ, ਥੈਂਕ ਯੂ, ਤੁਹਾਡਾ ਧੰਨਵਾਦ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਸਤਿ ਸ਼੍ਰੀ ਅਕਾਲ ਜੀ, ਇੰਦਰਜੀਤ ਸਿੰਘ ਸਿੰਧ ਬੋਲ ਰਿਹਾ। ਜੀ ਸਿੰਧ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਬੇਰੀਏ ਦਾ ਜੀ? ਬੇਰੀਏ ਦਾ ਠੀਕ ਹੈ, ਕਾਫੀ ਕੰਟਰੋਲ ਕਰ ਲਿਆ ਹੈਗਾ, ਮਤਲਬ ਜਿੱਦਾਂ ਆਪਣਾ ਪਬਲਿਕ ਗੈਦਰਿੰਗ ਦੇ ਉੱਤੇ ਘੱਟ ਕਰਕੇ ਲੋਕਾਂ ਦਾ ਮੇਲ ਜੋਲ ਘਟ ਜਾਏਗਾ ਤਾਂ ਇਹ ਵੀ ਘਟ ਜਾਏਗਾ ਨਾਲ ਨਾਲ। ਮੇਨ ਤਾਂ ਇਹੀ ਹੈ ਵੀ ਜਿਹੜਾ ਸੋਸ਼ਲ ਡਿਸਟੈਂਸ ਦੀ ਗੱਲ ਕਰਦੇ ਨੇ ਸਾਰੇ, ਵੀ ਸੋਸ਼ਲ ਡਿਸਟੈਂਸ ਸਾਨੂੰ ਬਣਾ ਕੇ ਰੱਖਣਾ ਚਾਹੀਦਾ, ਲਗਭਗ 8 ਫੁੱਟ 6 ਫੁੱਟ ਦਾ ਜਿੰਨਾ ਘੱਟੋ ਘੱਟ। ਹਾਂਜੀ, ਅਤੇ ਬਾਕੀ ਟਾਈਨਲ ਤਾਂ ਹੈਗੀ ਆ ਆਪਣੇ ਕੋਲ। ਹਾਂਜੀ ਟਾਈਨਲ ਟਾਈਨਲ ਹਾਂਜੀ ਹਾਂਜੀ ਟੈਲਨੋਲ ਟਾਈਨਲ ਕੰਟਰੋਲ ਤਾਂ ਕਰਦੀ ਹੈ ਨਾ ਮਾੜਾ ਮੋਟਾ। ਹਾਂ ਜ਼ਰੂਰ ਕਰਦੀ ਹੋਏਗੀ ਜੀ, ਕਿਉਂਕਿ ਪਰ ਮੇਨ ਤਾਂ ਇਹੀ ਹੈ ਜੀ, ਕੋਈ ਬਚਾ ਹੀ ਹੈ ਜੀ, ਇਹ ਤਾਂ ਹੋਰ ਕਾਫੀ ਹੱਦ ਤੱਕ ਹੋ ਗਿਆ ਲੱਗਦਾ। ਕਿਉਂਕਿ ਸਭ ਤੋਂ ਮੇਨ ਚੀਜ਼ ਇਹ ਹੈ ਕਿ ਜਿਹੜੀਆਂ ਦਵਾਈਆਂ ਪਹਿਲੇ ਯੂਜ਼ ਹੋਈਆਂ ਸੀ ਨਾ ਦੂਸੀਆਂ ਆਪਣੇ ਐਪੀਡੈਮਿਕਸ ਵਾਸਤੇ, ਉਹ ਇੱਥੇ ਵੀ ਕੰਮ ਕਰ ਰਹੀਆਂ। ਚਾਈਨਾ ਨੇ ਬਿਲਕੁਲ ਕੰਟਰੋਲ ਕਰ ਲਿਆ ਹੈਗਾ, ਦੇਖ ਲਓ ਨਵੇਂ ਕੇਸਿਸ ਆਉਣੇ ਬੰਦ ਹੋ ਗਏ, ਜਿੱਥੇ ਸਭ ਤੋਂ ਵੱਧ ਸੀ। ਹਾਂਜੀ, ਨਵੇਂ ਕੇਸਿਸ ਆਉਣੇ ਬੰਦ ਹੋ ਗਏ। ਇਟਲੀ ਦੇ ਵਿੱਚ ਹੁਣ ਜ਼ਿਆਦਾ ਹੈਗਾ, ਇਧਰੋਂ ਇਟਲੀ ਨੇ ਮਤਲਬ ਕੀ ਹੋਇਆ ਸੀਗਾ ਕਿ ਉਹਨਾਂ ਨੇ ਬਹੁਤ ਸੀਰੀਅਸ ਲੈ ਲਿਆ, ਜਦੋਂ US ਨੇ ਵੀ ਪਹਿਲੇ ਸੀਰੀਅਸ ਲਿਆ। ਪੰਜਾਬ ਦੇ ਵਿੱਚ ਇੱਕ ਡੈਥ ਹੋਈ ਅੱਜ, ਕਹਿੰਦੇ ਉੱਥੇ ਜਿਹੜੇ ਕਾਫੀ ਜਰਮਨ ਤੋਂ ਕੋਈ ਆਏ ਸੀਗੇ ਪੰਜਾਬ ਦੇ ਵਿੱਚ, ਇੱਕ ਨੇ ਸੁਈਸਾਈਡ ਹੀ ਕਰ ਲਿਆ, ਦੇਖੋ ਆਸਟ੍ਰੇਲੀਆ ਤੋਂ ਆਇਆ ਸੀ ਉਹ ਵੀ ਤੇ ਤੂੰ ਹਸਪਤਾਲ ਤੈਨੂੰ ਲੈ ਕੇ ਗਏ ਵੀ ਕੀ ਗੱਲ ਹੈ, ਤੂੰ ਤੀਜੀ ਫਲੋਰ ਤੋਂ ਛਾਲ ਮਾਰ ਦਿੱਤੀ, ਇਲਾਜ ਕਰਾ, ਕੋਈ ਗੱਲ ਨਹੀਂ। ਚਲੋ ਇਹ ਡਾਇਰੈਕਟ ਹੋਏਗਾ, ਬਹੁਤ ਵੱਡਾ, ਚਲੋ ਮਿਹਰਬਾਨੀ ਜੀ। ਕਾ ਨਿਊਜ਼ ਹੈ ਬਾਕੀ, ਨਹੀਂ ਇੱਕ ਮਿੰਟ ਜੀ, ਬਾਕੀ ਉਹ ਨਿਰਭਯਾ ਬਾਰੇ ਗੱਲ ਕਰਨੀ ਸੀ ਮੈਂ ਜੀ, ਜਿਹੜੀ ਉਹ ਫਾਂਸੀ ਹੋਈ ਹੈ। ਹਾਂਜੀ ਹਾਂਜੀ, ਸਿੰਧ ਸਾਹਿਬ ਇੱਕ ਸਕਿੰਟ ਹੋਲਡ ਰੱਖਿਓ ਪਲੀਜ਼, ਕਿਰਪਾ ਕਰਕੇ, ਮੈਂ ਸੋਰੀ ਚਾਹੁੰਦਾ ਕਿ ਵਿੱਚੋਂ ਤੁਹਾਡੀ ਕਾਲ ਰੋਕ ਕੇ ਜਦੋਂ ਮੈਂ ਹੋਲਡ ਕਰਨੇ ਪੈਂਦੇ ਤਾਂ ਮੈਨੂੰ ਲੱਗਦਾ ਔਖਾ, ਪਰ ਫਿਰ ਵੀ ਮੈਂ ਸੋਚਦਾ ਵੀ ਕਰ ਲਈਏ, ਚੰਗੀ ਗੱਲ ਤਾਂ ਕਿ ਜਿਹੜੇ ਸਾਡੇ ਦਰਸ਼ਕ ਹੈਗੇ ਨੇ ਉਹ ਨਾਲ ਜੁੜੇ ਰਹਿਣ। ਹੈਲੋ, ਹਾਂਜੀ ਹਾਂਜੀ ਸਿੰਧ ਸਾਹਿਬ, ਹੁਣ ਦੱਸੋ। ਹਾਂਜੀ ਹਾਂਜੀ, ਉਹ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਨਾ ਕਿ ਜਸਟ ਡਿਲੇਡ ਇਜ਼ ਜਸਟ ਡਿਨਾਈਡ। ਜੀ ਅੱਗੇ। ਚਲੋ ਮਿਹਰਬਾਨੀ ਜੀ ਤੁਹਾਡੀ, ਬਹੁਤ ਸਿੰਧ ਸਾਹਿਬ ਮਿਹਰਬਾਨੀ, ਗੱਲਬਾਤ ਕਰਨ ਵਾਸਤੇ ਤੁਹਾਡਾ ਧੰਨਵਾਦ ਕਰਦੇ ਹਾਂ, ਔਰ ਇਸ ਤੋਂ ਬਾਅਦ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ। ਕੀ ਵਿਚਾਰ ਤੁਸੀਂ ਪੇਸ਼ ਕਰਨਾ ਚਾਹੁੰਦੇ ਹੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ? ਹੈਲੋ ਹੈਲੋ ਜੀ ਜੀ, ਸਤਿ ਸ਼੍ਰੀ ਅਕਾਲ ਜੀ, ਸਾਹ ਸੁੰਦਰ ਸਿੰਘ ਜੀ। ਹਾਂਜੀ ਜੰਗੀ ਵੀਰੇ, ਕੀ ਹਾਲ ਚਾਲ ਆ? ਬਾਜੀ ਕਿਰਪਾ ਕਿਰਪਾ ਬਸ ਚਲੀ ਜਾਂਦਾ ਹੁਣ, ਇੱਥੇ ਸਾਨੂੰ ਐਂ ਲੱਗਦਾ ਵੀ ਨਿਊਯਾਰਕ 'ਚ ਜ਼ਿਆਦਾ ਕਰੋਨਾ ਦਾ ਰੌਲਾ ਹੈਗਾ, ਤਾਂ ਨਿਊਯਾਰਕ ਵਾਲਿਆਂ ਨੂੰ ਸਾਨੂੰ ਫੋਨ ਆਈ ਜਾਂਦੇ, ਕਹਿੰਦੇ ਤੁਸੀਂ ਠੀਕ ਹੋ, ਇੱਥੇ ਜ਼ਿਆਦਾ ਰੌਲਾ। ਇੱਥੇ ਤਾਂ ਕਹਿੰਦੇ ਬਹੁਤ ਜ਼ਿਆਦਾ ਗਵਰਨਰ ਨੇ ਕਿਹਾ ਸਾਹ ਤਾਂ ਖਤਰਨਾਕ ਸਟੇਟ ਕੈਲੀਫੋਰਨੀਆ ਹੋ ਗਈ। ਹਾਂ, ਉਹਦੇ ਕਰ ਮਤਲਬ ਸਟੇ ਇਨ ਹੋਮ ਸਟੇ ਐਟ ਹੋਮ ਦਾ ਕਰਤੇ ਆਰਡਰ ਨਾ। ਚਲੋ ਉੱਦਾਂ ਜੱਗੀ ਯਕੀਨ ਸਾਨੂੰ ਤਾਂ ਪੜ੍ਹਨ ਵਾਲਿਆਂ ਨੂੰ ਵੀ ਨਹੀਂ ਆਉਂਦਾ, ਚਲੋ ਸੁਣਨ ਕਰਨ ਵਾਲਿਆਂ ਨੂੰ ਤਾਂ ਕੀ ਆਉਣਾ, ਪਰ ਜਦੋਂ ਹੁਣ ਇੱਦਾਂ ਦਾ ਵਰਤਾਰਾ ਦੇਖਦੇ ਹਾਂ ਉਦੋਂ
ਗੁਰਬਾਣੀ ਐਨ ਸੱਚ ਲੱਗਦੀ ਵੀ ਜੋ ਮਹਾਰਾਜ ਨੇ ਕਿਹਾ ਬਿਲਕੁਲ ਸੱਚ ਕਿਹਾ ਕਿ ਜਦੋਂ ਬੰਦਾ ਆਕੀ ਹੋ ਜਾਂਦਾ ਕੁਦਰਤ ਤੋਂ ਜਾਂ ਪਰਮਾਤਮਾ ਤੋਂ, ਫਿਰ ਉਹ ਕੋ ਨਾ ਕੋ ਦਿਖਾਲਦੀ ਆ ਤੇ ਫਿਰ ਕੋਈ ਬੰਦੇ ਦਾ ਬਸ ਨੀ ਚੱਲਦਾ। ਹੁਣ ਦੇਖ ਲਓ ਕਿੱਡੇ ਕਿੱਡੇ ਆਹ ਮੁਲਕ ਆ, ਅਮੈਰੀਕਾ ਸਭ ਤੋਂ ਹਾਈ ਪਾਵਰ ਮੁਲਕ ਆ, ਇਹ ਵੀ ਬੇਬਸ ਹੋਇਆ ਬੈਠਾ ਹੈ ਨਾ। ਜਦੋਂ ਏਦਾਂ ਦੇ ਵਰਤਾਰੇ ਦੇਖਦੇ ਆ ਤਾਂ ਫਿਰ ਉਹ ਲੱਗਦਾ ਵੀ ਗੁਰਬਾਣੀ ਜੋ ਕਹਿੰਦੀ ਵੀ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ, ਆਪੇ ਜਿਗੜੇ ਆਪੇ ਕਰਮ ਕਰਾਇੰਦਾ, ਕੋਈ ਉਹ ਨਜ਼ਰ ਹੈ ਪੱਠੀ ਜੇ ਕਰੇ ਸੁਲਤਾਨਾ ਕਰਮ ਕਰਾਇੰਦਾ ਹੈ ਨਾ। ਜੀ ਜੀ ਜੀ, ਕਿਉਂਕਿ ਉਹਦੀ ਨਜ਼ਰ ਪੁੱਠੀ ਹੋਈ ਰਾਜਿਆਂ ਨੂੰ ਵੀ ਮੰਗਣ ਆਉਂਦਾ। ਹੁਣ ਦੇਖ ਲਓ ਉਹੀ ਕੰਮ ਹੋਇਆ ਬਈ, ਜੇ ਜਿੱਦਾਂ ਸਾਰੇ ਕਾਰੋਬਾਰ ਸਭ ਕੁਛ ਠੱਪੇ ਹੋਈ ਜਾਂਦਾ। ਉਹੀ ਕਹਿੰਦੇ ਆ ਨਾ ਜੀ, ਉਹਦੀ ਜਿਹੜੀ ਆਵਾਜ਼ ਨਹੀਂ ਹੁੰਦੀ ਉਹ ਇਹੀ ਚੀਜ਼ ਹੈਗੀ ਹੈ ਨਾ। ਹਾਂਜੀ ਹਾਂਜੀ ਜੀ, ਤੇ ਬਾਕੀ ਉੱਥੇ ਉਹ ਇੰਡੀਆ ਵਾਲਾ ਕਹਿੰਦੇ ਜਨਤੰਤਰ ਦਾ ਸ਼ਰਤੰਤਰ ਹੈ ਨਾਮ ਅਸਲੀ, ਕਾਹਨੂੰ ਲੋਕ ਭੁਲੇਖੇ ਨੇ ਖਾਈ ਜਾਂਦੇ, ਦੋਸ਼ੀ ਬਚ ਕੇ ਨਿਕਲ ਕਮਿਸ਼ਨਾਂ ਚੋਂ ਨਰੋਚਾਂ ਦੇ ਕੇਸ ਬਣਾਈ ਜਾਂਦੇ ਜੀ, ਬਦਲਾ ਖੋਰ ਰਾਜਨੀਤੀ ਹੈ ਹੋਈ ਭਾਰੂ ਗੱਲ ਹੋਰ ਦੀ ਹੋਰ ਬਣਾਈ ਜਾਂਦੇ, ਹੱਥ ਆਇਆ ਮੌਕਾ ਨਾ ਦੇਣ ਖੁੰਝਣ ਭੰਡਣ ਕਿਸੇ ਨੂੰ ਕਿਸੇ ਲਈ ਕਰਾਈ ਜਾਂਦੀ ਜੀ, ਭਾਵੇਂ ਪਤਾ ਨਹੀਂ ਕੀ ਤੇ ਕਿੰਝ ਹੋਇਆ ਵਿਦੇਸ਼ੀ ਧਾਰੇ ਦੇ ਦੋਸ਼ ਨੇ ਲਾਈ ਜਾਂਦੇ, ਚਿੱਕੜ ਸੁੱਟ ਕੇ ਮਾਨਸ ਗੰਦਗੀ ਦਾ ਅੱਡੀਆਂ ਚੁੱਕ ਕੇ ਚਾਂਭੜਾ ਪਾਈ ਜਾਂਦੇ, ਮਸਲਾ ਦੱਸ ਕੇ ਸੁਰੱਖਿਆ ਦੇਸ਼ ਵਾਲਾ, ਮਸਲਾ ਸਾਰ ਦੱਸ ਕੇ ਸੁਰੱਖਿਆ ਦੇਸ਼ ਵਾਲਾ, ਬਾਅਦ ਸੱਚ ਦੀ ਤਾਂ ਦਵਾਈ ਜਾਂਦੇ, ਝੂਠ ਸੱਚ ਨੂੰ ਪਲਾਂ ਵਿੱਚ ਕਰਨ ਸਾਬਤ ਅਸਲੀ ਸੱਚ ਨੂੰ ਝੂਠ ਬਣਾਈ ਜਾਂਦੇ, ਝੂਠ ਸੱਚ ਨੂੰ ਪਲਾਂ ਵਿੱਚ ਕਰਨ ਸਾਬਤ ਅਸਲੀ ਸੱਚ ਨੂੰ ਝੂਠ ਬਣਾਈ ਜਾਂਦੇ। ਸਹੀ ਗੱਲ, ਬਹੁਤ ਮਿਹਰਬਾਨੀ ਜੀ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ, ਸਰਦਾਰ ਗਿਆਨ ਸਿੰਘ ਜੀ। ਹਾਂ ਸਤਿ ਸ੍ਰੀ ਅਕਾਲ ਜੀ, ਮੈਂ ਤਾਂ ਮੁਕਤਸਰ ਜੀ ਗੱਲ ਹੀ ਕਰਨੀ ਆ, ਵੈਸੇ ਬਹੁਤ ਸਿਆਣੇ ਲੋਕ ਨੇ ਜਿਹੜੀ ਆ ਨਿਰਭੈ ਦੇ ਦੋਸ਼ੀਆਂ ਨੂੰ ਸਜ਼ਾ ਹੋਈ ਆ। ਇਹ ਮੇਰਾ ਮੰਨਣਾ ਆ ਵੀ ਜਦੋਂ ਇਨਸਾਨ ਕੋਈ ਜਨਮ ਲੈਂਦਾ ਨਾ, ਜਿੰਨੇ ਸਵਾਸ ਲੈ ਕੇ ਆਉਂਦਾ ਓਨੇ ਉਹ ਲੈਂਦਾ ਹੀ ਲੈਂਦਾ, ਠੀਕ ਨਹੀਂ? ਤੇ ਜੇ 7 ਸਾਲ ਦਾ ਸਮਾਂ ਲੱਗਾ ਤੇ ਉਹਨਾਂ ਦੇ ਸਵਾਸ ਬਾਕੀ ਸੀ, ਤੇ ਬਾਕੀ ਤੋਂ ਉਹਨਾਂ ਨੇ ਮੇਰੇ ਹਿਸਾਬ ਨਾਲ ਦੋਵੇਂ ਸਜ਼ਾਵਾਂ ਭੁਗਤ ਲਈਆਂ। 302 ਚ 12 ਸਾਲ ਦੀ ਸਜ਼ਾ ਵੀ ਹੁੰਦੀ ਆ ਤੇ ਫਾਂਸੀ ਵੀ। ਉਹਨਾਂ ਨੇ ਪਹਿਲੀ ਸਜ਼ਾ ਵੀ ਭੁਗਤ ਲਈ ਆ, ਜਿਹੜੀ 12 ਸਾਲ ਦੀ ਸਜ਼ਾ ਹੁੰਦੀ ਆ ਤੇ ਫਾਂਸੀ ਵੀ ਲੈ ਲਈ ਆ, ਉਹਨੂੰ ਡਬਲ ਸਜ਼ਾ ਮਿਲੀ ਆ। ਬਾਕੀ ਸਵਾਸ ਜਿੰਨੇ ਲੈਣੇ ਓਨੇ ਹੀ ਲੈਣੇ, ਇੱਕ ਨਾ ਵੱਧ ਸਕਦਾ ਨਾ ਘੱਟ ਸਕਦਾ, ਪਰਮਾਤਮਾ ਨੇ ਆਪਣੇ ਜੁੰਮੇ ਨਹੀਂ ਲੈਣਾ, ਮੇਰੀ ਮੰਨਣਾ ਆ। ਚਲੋ ਮਿਹਰਬਾਨੀ, ਹੁਣ ਦੋਵੇਂ ਸਜ਼ਾਵਾਂ ਭੁਗਤ ਲਈਆਂ ਆ ਜੀ। ਦੂਜੀ ਗੱਲ ਉੱਲੂਆਂ ਦੀ, ਉੱਲੂ ਦੀ ਗੱਲ ਮੈਂ ਦੱਸਣ ਲੱਗਾ। ਉੱਲੂ ਵਿਚਾਰਾ ਐਸਾ ਜਾਨਵਰ ਆ, ਸੂਰਜ ਨਿਕਲਣ ਦੇ ਨਾਲ ਉਹਦੀ ਨਿਗਾਹ ਬੰਦ ਹੋ ਜਾਂਦੀ ਆ, ਇਸ ਕਰਕੇ ਦਿਨੇ ਉਹ ਆਪਣੀ ਜਾਨ ਲੁਕਾਉਂਦਾ ਫਿਰਦਾ। ਉਹ ਫਿਰ ਰਾਤ ਨੂੰ ਜਦੋਂ ਫਿਰ ਦਿਸਣ ਲੱਗਦਾ ਤੇ ਫਿਰ ਉਹ ਘੁੰਮਦਾ ਫਿਰਦਾ ਉੱਡਦਾ, ਤੇ ਆਪਣੇ ਦਿਨੇ ਬਚਾਅ ਵਾਸਤੇ ਜਗ੍ਹਾ ਲੱਭਦਾ, ਉਹ ਉਜਾੜ ਲੱਭਦਾ ਜਿੱਥੇ ਕਿ ਆਮ ਲੋਕੀ ਕੋਈ ਨਾ ਉਹਨੂੰ ਪਹੁੰਚ ਕਰ ਸਕਣ ਮਾਰਨ ਦੇਣ ਦੀ, ਠੀਕ ਨੀ? ਹਰ ਜਾਨਵਰ ਡਰਦਾ ਹੀ ਆ ਮਰਨ ਤੋਂ, ਠੀਕ ਨਹੀਂ? ਜਿੱਦਾਂ ਕਹਿੰਦੇ ਨਾ ਕਈਆਂ ਘਰਾਂ ਚ ਉੱਲੂ ਬੋਲਦੇ ਆ, ਘਰ ਵੀ ਦਿਨੇ ਉਹ ਲੱਭਦਾ ਆ ਜਿਸ ਘਰ ਚ ਆਬਾਦੀ ਨਾ ਹੋਵੇ, ਕੋਈ ਨਾ ਰਹਿੰਦਾ ਹੋਵੇ, ਡਰ ਨਾ ਹੋਵੇ, ਉੱਥੇ ਲੋਕੇ ਰਹਿੰਦਾ ਆ, ਤੇ ਉਹਦਾ ਗੱਲ ਬਣ ਗਈ ਵੀ ਉਸ ਘਰ ਤੇ ਉੱਲੂ ਬੋਲਦੇ ਆ, ਹੈ ਜੀ? ਤੇ ਮੇਰਾ ਤਾਂ ਮੰਨਣਾ ਇੰਨਾ ਕੀ ਆ। ਬਾਕੀ ਵਹਿਮ ਭਰਮ ਤਾਂ ਬਹੁਤ ਕੁਛ ਬਣੇ ਤੇ ਬਹੁਤ ਆਪਾਂ ਲੰਮੀ ਕਹਾਣੀ ਕਾਹਨੂੰ ਪਾਉਣੀ ਆ। ਤੇ ਹਾਂ, ਇਹ ਗੱਲ ਹੈ ਕਿ ਆਪਣੀ ਜਕਾਨ ਜਾਨ ਲੁਕਾਉਂਦਾ ਆ, ਉਹ ਉਜਾੜ ਜਗ੍ਹਾ ਲੱਭਦਾ ਜਿੱਥੇ ਕਿਤੇ ਨੇ ਉਹਨੂੰ ਖਤਰਾ ਨਾ ਪੈ ਜਾਏ, ਕੋਈ ਦਿਨੇ ਦੀਦਾ ਨਹੀਂ ਉਹਨੂੰ। ਜੀ ਮਿਹਰਬਾਨੀ, ਬਹੁਤ ਮਿਹਰਬਾਨੀ ਜੀ ਤੁਹਾਡੀ, ਧੰਨਵਾਦ ਤੁਹਾਡਾ ਗੱਲਬਾਤ ਕਰਨ ਵਾਸਤੇ ਔਰ ਨਾਲ ਦੀ ਨਾਲ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ, ਸਤਿ ਸ਼੍ਰੀ ਅਕਾਲ ਸਰ, ਕੌਣ ਬੋਲਦੇ ਜੀ? ਮੈਂ ਸੁਨੀਲ ਸਿੰਘ ਬੋਲਦਾ ਇੱਥੋਂ ਲੈਚਨ ਤੋਂ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਇੱਕ ਤਾਂ ਮੈਂ ਸੁਨੇਹਾ ਦੇਣਾ ਤੁਹਾਨੂੰ ਜੀ, ਦੂਜਾ ਉੱਲੂ ਵਾਲਾ ਤਾਂ ਜਿਹੜਾ ਅਸੀਂ ਗੱਲ ਕਰਦੇ ਹਾਂ ਖੱਤਿਆਂ ਚ, ਉਹ ਚੂਹੇ ਬਣ ਨੂੰ ਬਣਾਏ ਆ ਘਰ, ਕਿਸਾਨਾਂ ਦੇ ਦੋਸਤ ਹੁੰਦੇ ਨੇ। ਹਾਂਜੀ ਹਾਂਜੀ, ਤੇ ਉਹ ਚੂਹਿਆਂ ਨੂੰ ਮਾਰਦੇ ਆ, ਚੂਹਿਆਂ ਨੂੰ ਫੜਦੇ ਰਾਤ ਨੂੰ ਜੀ ਜੀ, ਇਸ ਕਰਕੇ ਉਹ ਘਰ ਬਣਾਏ ਅਸੀਂ ਖੱਤੇ ਚ ਜੀ। ਸੁਨੇਹਾ ਸੁਨੇਹਾ ਇਹ ਆ ਬਈ, ਮਰਿਸਟ ਏਰੀਏ ਚ ਮੇਰਾ ਭਾਈਵੰਦ ਇੱਕ ਬਾਰਡਰ ਪੁਲਿਸ ਸੀਗਾ, ਬਾਂਬੇ ਅਸੀਂ ਸੀਗੇ ਇਕੱਠੇ ਹੀ ਕਾਰਗੜ, ਤੇ ਉਹ ਮਨਿਸਟਰ ਏਰੀਏ ਜਾ ਕੇ ਤੇ ਮੈਂ ਸੁਣਿਆ ਸੀ ਜਸਵੰਤ ਸਿੰਘ ਦਾ ਨਾਂ ਆਇਆ, ਤੇ ਜੇ ਹੋਵੇ ਕਿਤੇ ਤੁਸੀਂ ਨਾਲ ਕਰਾਉਣ ਦਾ ਪਤਾ ਲੱਗੇ। ਬਰਾੜ ਨਹੀਂ ਜੀ, ਬਰਾੜ ਨਹੀਂ, ਲਾਸਟ ਨੇਮ ਦਾ ਨਹੀਂ ਪਤਾ ਉਹਦਾ, ਜਸਵੰਤ ਸਿੰਘ ਸੀਗਾ ਉਹਦਾ ਨਾਂ। ਜਸਵੰਤ ਸਿੰਘ ਨੂੰ ਇੱਕ ਵਾਰ ਜਾਣਦਾ, ਉਹ ਜਸਵੰਤ ਸਿੰਘ ਬਰਾੜ ਹੈਗੇ ਨੇ। ਕਿਹੜਾ ਕਿਹੜਾ ਪਿੰਡ ਦੱਸਿਆ ਤੁਸੀਂ? ਉਹਦਾ ਸਾਰ ਚ ਸੀ ਪਿੰਡ ਉਹਦਾ,
ਹਰਿਆਣੇ ਚ ਨਹੀਂ ਫਿਰ ਉਹ ਨਹੀਂ ਇਹਨਾਂ ਦਾ ਤੇ ਇੱਧਰ ਹੈਗਾ ਵਾਗੇ ਪੁਰਾਣੇ ਕੋਲੇ ਪਿੰਡ ਆ ਉਹਨਾਂ ਦਾ ਚਲੋ ਮੈਂ ਜ਼ਰੂਰ ਜੀ ਕੋਸ਼ਿਸ਼ ਕਰੂੰਗਾ ਬੜੀ ਮਿਹਰਬਾਨੀ ਤੁਹਾਡੀ ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ ਫਿਲਹਾਲ ਫਟਾਫਟ ਨਾਲ ਦੇ ਨਾਲ ਦੇਖ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਦੇਖਦੇ ਰਹੋ ਜਸਟਿਨ ਜਾਵੀ ਜੀ ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੈ ਔਰ ਮੈਂ ਕਾਲਾਂ ਹੋਰ ਨਹੀਂ ਲੈ ਹੋਣੀਆਂ ਹੱਥ ਬੰਨ ਕੇ ਮੁਆਫ਼ੀ ਚਾਹੁੰਦਾ ਪਰ ਐਂਡ 'ਤੇ ਬੇਨਤੀ ਮੈਂ ਜ਼ਰੂਰ ਕਰਨੀ ਚਾਹੁੰਦਾ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਕੈਲੀਫੋਰਨੀਆ ਦੇ ਵਿੱਚ ਵੀ ਤਕਰੀਬਨ ਇਹ ਔਡਰ ਜਿਹੜੇ ਕਰਤੇ ਨੇ ਇੱਥੋਂ ਗੱਲ ਕਰੀਏ ਜੇ ਗਵਰਨਰ ਨੇ ਕਿ ਸਟੇ ਐਟ ਹੋਮ ਘਰੇ ਰਹੋ ਸੋ ਘਰੇ ਰਹਿਣ ਤੋਂ ਮਤਲਬ ਇਹ ਹੈ ਕਿ ਧਿਆਨ ਰੱਖੋ ਆਪਣਾ ਜੇ ਅਸੀਂ ਕਿਸੇ ਘਰੋਂ ਆਉਂਦੇ ਹਾਂ ਗੱਡੀ 'ਚ ਬੈਠੇ ਹਾਂ ਸ਼ੀਸ਼ੇ ਬੰਦ ਹੈ ਅਤੇ ਕੰਮ 'ਤੇ ਆ ਗਏ ਜਿਵੇਂ ਸਟੂਡੀਓ ਆ ਗਿਆ ਸਾਡਾ ਲੋਕਾਂ ਨਾਲ ਮਿਲਵਰਤਨ ਨਹੀਂ ਹੈ ਤਾਂ ਤਦ ਕੋਈ ਬਾਹਲਾ ਹਰਜ ਨਹੀਂ ਹੈ ਕਿਤੇ ਜਾਣ ਆਉਣ ਦੇ ਵਿੱਚ ਪਰ ਜੇ ਤੁਸੀਂ ਪਬਲਿਕ ਦੇ ਵਿੱਚ ਜਾਣਾ ਪੈਂਦਾ ਤੁਹਾਨੂੰ 5-10 ਨਵੇਂ ਲੋਕਾਂ ਨੂੰ ਕਿਤੇ ਮਿਲਣਾ ਪੈਂਦਾ 2-4 ਨੂੰ ਤਾਂ ਉੱਥੇ ਜਾਣਾ ਅਵੋਇਡ ਕਰਨਾ ਚਾਹੀਦਾ ਬਹੁਤ ਧਿਆਨ ਰੱਖਣ ਦੀ ਲੋੜ ਹੈ ਔਰ ਧਿਆਨ ਰੱਖਾਂਗੇ ਤਾਂ ਫਟਾਫਟ ਇਹਦੇ ਤੋਂ ਛੁਟਕਾਰਾ ਮਿਲ ਸਕਦਾ ਜੇ ਚੀਨ ਏਡਾ ਵੱਡਾ ਜਿੱਥੇ ਹੋਇਆ ਜਿੱਥੇ ਸ਼ੁਰੂ ਹੋਇਆ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਰੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰਭਾਵਿਤ ਸੀਗੇ ਠੀਕ ਹੋਏ ਲੋਕ ਬਹੁਤ ਉੱਥੇ ਹੋਏ ਕਿੱਦਾਂ ਸਿਰਫ ਧਿਆਨ ਰੱਖਣ ਸੋ ਕੈਲੀਫੋਰਨੀਆ ਵਾਸੀਓ ਖਾਸ ਤੌਰ 'ਤੇ ਬਹੁਤ ਧਿਆਨ ਰੱਖੋ ਕਾਫੀ ਜ਼ਿਆਦਾ ਇੱਥੇ ਦਾ ਰੌਲਾ ਹੈਗਾ ਔਰ ਹੱਥ ਧੋਣੇ ਜਿਹੜੇ ਜ਼ਰੂਰੀ ਕਹਿੰਦੇ ਹੈਗੇ ਨੇ ਬਹੁਤ ਜ਼ਰੂਰੀ ਅਤੇ ਦੂਜਾ ਡਿਸਟੈਂਸ ਜਿਹੜਾ ਮੇਨਟੇਨ ਰੱਖੋ ਵੈਸੇ ਤਾਂ ਉਹ 6 ਫੁੱਟ ਕਹਿੰਦੇ ਨੇ ਕੋਸ਼ਿਸ਼ ਕਰੋ 8-10 ਫੁੱਟ ਹੋ ਜਾਏ ਤਾਂ ਵਧੀਆ ਉਮੀਦ ਕਰਦਾ ਜੀ ਪ੍ਰੋਗਰਾਮ ਤੁਹਾਨੂੰ ਅੱਜ ਦਾ ਵੀ ਚੰਗਾ ਲੱਗਿਆ ਹੋਊਗਾ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com ਇਸ ਤੋਂ ਇਲਾਵਾ ਫੇਸਬੁੱਕ ਟਵਿੱਟਰ ਨਾਲ ਦੀ ਨਾਲ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-33-62 ਇਹਦੇ 'ਤੇ ਵੀ ਕਾਲ ਕਰਕੇ ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ ਜਾਂ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਕਦੇ ਵੀ ਕਾਲ ਕਰ ਸਕਦੇ ਹੋ ਅਖੀਰ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰੱਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ